ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਤੇ ਗੁੱਡ ਆਫਟਰਨੂਨ ਮੈਂ ਤੁਹਾਡਾ ਦੋਸਤ ਤੇ ਹੋਸਟ ਨਿਕ ਬਾਟ ਫਿਲਡਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਦਿਲ ਦੀਆਂ ਗੱਲਾਂ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਜਸ ਪੰਜਾਬੀ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nik@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਹਰ ਮੰਗਲਵਾਰ ਨੂੰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਐਂਟਰਟੇਨਮੈਂਟ ਦਾ ਗੁਲਦਸਤਾ ਜਿਹੜਾ ਅਸੀਂ ਸ਼ੁਰੂ ਕੀਤਾ ਆ ਉਸ ਦੇ ਵਿੱਚ ਇੱਕ ਨਵਾਂ ਫੁੱਲ ਲਾਈਏ ਇੱਕ ਨਵੀਂ ਕਲੀ ਲਾਈਏ ਤੇ ਉਸ ਗੁਲਦਸਤੇ ਦੀ ਮਹਿਕ ਹੋਰ ਵਧਾਈਏ ਤੇ ਤੁਹਾਡੇ ਤੱਕ ਪਹੁੰਚਾਈਏ ਕਿਉਂਕਿ ਜਿਸ ਤਰ੍ਹਾਂ ਪੈਂਡੈਮਿਕ ਦਾ ਮਾਹੌਲ ਆ ਜਾਂ ਹੋਰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਨੇ ਹੋਰ ਵੀ ਬਹੁਤ ਸਾਰੇ ਜਿਸ ਤਰ੍ਹਾਂ ਦੇ ਹਾਲਾਤ ਨੇ ਉਸ ਦੇ ਵਿੱਚ ਕਿਤੇ ਨਾ ਕਿਤੇ ਕੋਸ਼ਿਸ਼ ਅਸੀਂ ਕਰਦੇ ਹਾਂ ਕਿ ਜਿੰਨਾ ਵੀ ਤੁਹਾਡਾ ਅਸੀਂ ਐਂਟਰਟੇਨਮੈਂਟ ਕਰ ਸਕੀਏ ਜਿੱਥੇ ਹੋਰ ਵੀ ਸਾਰੇ ਪੱਖ ਅਸੀਂ ਲੈ ਕੇ ਆਉਂਦੇ ਹਾਂ ਅਤੇ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡਾ ਐਂਟਰਟੇਨਮੈਂਟ ਵੀ ਕਰੀਏ ਤੁਹਾਡਾ ਮਨੋਰੰਜਨ ਵੀ ਕਰੀਏ ਅਤੇ ਤੁਹਾਨੂੰ ਇਸ ਕੰਮ ਕਾਜ ਇਸ ਦੁਨੀਆ ਤੋਂ ਜਿਸ ਦੇ ਵਿੱਚ ਅਸੀਂ ਪੂਰੀ ਤਰ੍ਹਾਂ ਲੱਗੇ ਹੋਏ ਹਾਂ ਉਸ ਦੇ ਵਿੱਚੋਂ ਇੱਕ ਘੰਟੇ ਵਾਸਤੇ ਤੁਹਾਨੂੰ ਰਿਲੈਕਸ ਕਰਾਈਏ ਅਤੇ ਉਸੇ ਹੀ ਕੋਸ਼ਿਸ਼ ਦੇ ਵਿੱਚ ਉਸੇ ਹੀ ਗੁਲਦਸਤੇ ਦੇ ਵਿੱਚ ਇੱਕ ਅਸੀਂ ਨਵਾਂ ਫੁੱਲ ਅੱਜ ਲਾਇਆ ਤੁਹਾਡੇ ਵਾਸਤੇ ਤੁਹਾਡੇ ਐਂਟਰਟੇਨਮੈਂਟ ਵਾਸਤੇ ਅਤੇ ਤੁਹਾਨੂੰ ਮਨੋਰੰਜਨ ਵਾਸਤੇ ਸੋ ਅੱਜ ਦੇ ਜਿਹੜੇ ਸਾਡੇ ਮਹਿਮਾਨ ਨੇ ਉਹਨਾਂ ਦੀ ਆਵਾਜ਼ ਬਹੁਤ ਬੁਲੰਦ ਹੈ ਅਤੇ ਬਹੁਤ ਹੀ ਇੱਕ ਜਿਹੜੀ ਫੈਮਿਲੀ ਨਾਲ ਜੁੜੇ ਨੇ ਉਹਨਾਂ ਦੇ ਉੱਤੇ ਇੱਕ ਜਿੱਦਾਂ ਕਹਿ ਦਿੰਦੇ ਹਾਂ ਸਰਸਵਤੀ ਮਾਂ ਦਾ ਆਸ਼ੀਰਵਾਦ ਹੈ ਉਹਨਾਂ ਦੇ ਪੂਰੇ ਪਰਿਵਾਰ ਨੂੰ ਹੀ ਉਹਨਾਂ ਦੇ ਮਾਤਾ ਜੀ ਪਿਤਾ ਜੀ ਤੋਂ ਜੇ ਆਪਾਂ ਸ਼ੁਰੂਆਤ ਕਰ ਲਈਏ ਤਾਂ ਉਹਨਾਂ ਦੇ ਬ੍ਰਦਰ ਅਤੇ ਖੁਦ ਉਹ ਆਪ ਅਤੇ ਉਹਨਾਂ ਦੇ ਲਾਏ ਹੋਏ ਬਹੁਤ ਸਾਰੇ ਪੌਦੇ ਜਿਹੜੇ ਨੇ ਉਹ ਵੀ ਇਸ ਮਾਰਕੀਟ ਦੇ ਵਿੱਚ ਇਸ ਮਿਊਜ਼ਿਕ ਇੰਡਸਟਰੀ ਦੇ ਵਿੱਚ ਤੁਹਾਡਾ ਮਨੋਰੰਜਨ ਕਰਦੇ ਨੇ ਸੋ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਵਾਂ ਸਾਡੇ ਅੱਜ ਦੇ ਮਹਿਮਾਨ ਪੂਰਨ ਸ਼ਾਹ ਕੋਟੀ ਹੁਣਾਂ ਦੇ ਸਪੁੱਤਰ ਪੇਜੀ ਸ਼ਾਹ ਕੋਟੀ ਹੁਣਾਂ ਨੂੰ ਸਵਾਗਤ ਹੈ ਪੇਜੀ ਸ਼ਾਹ ਕੋਟੀ ਜੀ ਤੁਹਾਡਾ ਸਾਡੇ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਹਾਂਜੀ ਸਵਾਗਤ ਹੈ ਸਰ ਤੁਹਾਡਾ ਪੇਜੀ ਸ਼ਾਹ ਕੋਟੀ ਜੀ ਸਾਡੇ ਨਾਲ ਜੁੜੇ ਨੇ ਅੱਜ ਸਾਡੇ ਇਸ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਕੋਈ ਟੈਕਨੀਕਲ ਜਾਂ ਕੁਛ ਉਸ ਤਰੀਕੇ ਦੀ ਕੋਈ ਗੱਲ ਲੱਗਦੀ ਹੈ ਜਿਸ ਦੇ ਵਿੱਚ ਕਿ ਉਹਨਾਂ ਦੀ ਤਸਵੀਰ ਨਹੀਂ ਆ ਰਹੀ ਹੈ ਫਿਰ ਜਿੱਦਾਂ ਆਪਾਂ ਗੱਲ ਪੇਜੀ ਸ਼ਾਹ ਪੂਰਨ ਸ਼ਾਹ ਕੋਟੀ ਹੁਣਾਂ ਦੀ ਕਰਦੇ ਹਾਂ ਤਾਂ ਉਸ ਦੇ ਵਿੱਚ ਹਾਂਜੀ ਸਵਾਗਤ ਹੈ ਪੇਜੀ ਸ਼ਾਹ ਕੋਟੀ ਜੀ ਤੁਹਾਡਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਤੁਹਾਡੀ ਬਹੁਤ ਮਿਹਰਬਾਨੀ ਜੀ ਬਾਠ ਸਾਹਿਬ ਔਰ ਜਸ ਪੰਜਾਬੀ ਦਾ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਔਰ ਦਿਲ ਦੀਆਂ ਗੱਲਾਂ ਪ੍ਰੋਗਰਾਮ ਵੇਖਣ ਵਾਲੇ ਸਾਰੇ ਸਰੋਤਿਆਂ ਦੀ ਬਹੁਤ ਮਿਹਰਬਾਨੀ ਔਰ ਤੁਹਾਡੀ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਜੀ ਪੇਜੀ ਸ਼ਾਹ ਕੋਟੀ ਜੀ ਮੈਂ ਜਿਸ ਤਰ੍ਹਾਂ ਦਰਸ਼ਕਾਂ ਨੂੰ ਦੱਸ ਕੇ ਹਟਿਆ ਵਾਂ ਕਿ ਅੱਜ ਦੇ ਜਿਹੜੇ ਸਾਡੇ ਮਹਿਮਾਨ ਨੇ ਪੂਰਨ ਸ਼ਾਹ ਕੋਟੀ ਹੁਣਾਂ ਦੇ ਸਪੁੱਤਰ ਨੇ ਜਿੱਥੇ ਮਾਸਟਰ ਸਲੀਮ ਹੁਣਾਂ ਦੀ ਗੱਲ ਆਉਂਦੀ ਆ ਕਾਫੀ ਅਰਸੇ ਤੋਂ ਮਾਰਕੀਟ ਦੇ ਵਿੱਚ ਨੇ ਨਾਲ ਦੀ ਨਾਲ ਤੁਸੀਂ ਵੀ ਹੋ ਸੋ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਤੁਹਾਡੇ ਫੈਮਿਲੀ ਤੋਂ ਸ਼ੁਰੂਆਤ ਕਰਦੇ ਹਾਂ ਕਿ ਇਹ ਤੁਹਾਨੂੰ ਇਹ ਇੱਕ ਬਖਸ਼ਿਸ਼ ਹੈ ਰੱਬ ਵੱਲੋਂ ਤੁਹਾਡੇ ਪਰਿਵਾਰ ਦੇ ਉੱਤੇ ਕਿਉਂਕਿ ਜਿੱਥੇ ਤੁਸੀਂ ਖੁਦ ਆਪਣੇ ਪਿਤਾ ਜੀ ਦੇ ਸ਼ਾਗਿਰਦ ਹੋ ਤੁਹਾਡੇ ਬ੍ਰਦਰ ਉਹਨਾਂ ਦੇ ਸ਼ਾਗਿਰਦ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਗਾਇਕ ਅਸੀਂ ਸੁਣਦੇ ਹਾਂ ਪੁਰਾਣੇ ਸਿੰਗਰ ਵੀ ਨੇ ਜਿਹੜੇ ਬਹੁਤ ਸੀਨੀਅਰ ਨੇ ਆਪਣੇ ਸਿੰਗਰ ਉਹਨਾਂ ਨੇ ਵੀ ਤੁਹਾਡੇ ਫਾਦਰ ਸਾਹਿਬ ਕੋਲੋਂ ਕਾਫੀ ਕੁਝ ਸਿੱਖਿਆ ਆ ਸੋ ਉਹ ਸ਼ੁਰੂਆਤ ਕਰਦੇ ਹਾਂ ਉੱਥੋਂ ਤੁਹਾਡੇ ਫੈਮਿਲੀ ਤੋਂ ਤੇ ਇਸ ਬਖਸ਼ਿਸ਼ ਤੋਂ ਹਾਂਜੀ ਇਹ ਬਾਬਾ ਜੀ ਦੀ ਕਿਰਪਾ ਹੀ ਹੈ ਜੀ ਅਕਾਲ ਪੁਰਖ ਦੀ ਕਿਰਪਾ ਹੈ ਔਰ ਤੁਹਾਡੀਆਂ ਦੁਆਵਾਂ ਨੇ ਕਿ ਐਸੀ ਫੈਮਿਲੀ 'ਚ ਮੈਂ ਵੀ ਪੈਦਾ ਹੋਇਆ ਔਰ ਫਾਦਰ ਸਾਹਿਬ ਨੇ ਵਾਕਈ ਪੰਜਾਬੀ ਮਿਊਜ਼ਿਕ ਨੂੰ ਸੱਭਿਆਚਾਰ ਬੜੇ ਫਨਕਾਰ ਦਿੱਤੇ ਨੇ ਜਿਨ੍ਹਾਂ ਨੂੰ ਲੋਕਾਂ ਨੇ ਆਵਾਮ ਨੇ ਬੜਾ ਪਿਆਰ ਦਿੱਤਾ ਹੈ ਬੜਾ ਮਾਣ ਦਿੱਤਾ ਹੈ ਪੰਜਾਬੀ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਹੈ ਅਤੇ ਬੜੀ ਮਾਣ ਵਾਲੀ ਗੱਲ ਹੈ ਸਾਡੇ ਵਾਸਤੇ ਵੀ ਐਸੇ ਘਰ ਦੇ ਵਿੱਚ ਮੈਂ ਵੀ ਪੈਦਾ ਹੋਇਆ ਔਰ ਖਾਸ ਕਰਕੇ ਜਿਹੜਾ ਤੁਹਾਡਾ ਅੱਜ ਪ੍ਰੋਗਰਾਮ ਹੈ ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਰਿਹਾ ਮਹਿਮਾਨ ਬਣ ਰਿਹਾ ਅਤੇ ਮੈਂ ਉਹਦੇ ਲਈ ਇੱਕ ਇੱਕ ਦੋ ਲਫ਼ਜ਼ ਕਹਿਣਾ ਚਾਹੁੰਦਾ ਅਗਰ ਤੁਸੀਂ ਇਜਾਜ਼ਤ ਦਿੰਦੇ ਹੋ ਤਾਂ ਜੀ 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 ਦਿਲ ਦੀਆਂ ਗੱਲਾਂ ਕਰਾਂਗੇ ਨਾਲ ਨਾਲ ਬਹਿ ਕੇ ਅੱਖ ਨਾਲ ਅੱਖ ਨੂੰ ਮਿਲਾ ਕੇ ਦਿਲ ਦੀਆਂ ਗੱਲਾਂ ਦਿਲ ਦੀਆਂ ਗੱਲਾਂ ਇਹ ਤੁਹਾਡੇ ਪ੍ਰੋਗਰਾਮ ਲਈ ਮੇਰੇ ਵੱਲੋਂ
ਪਿਆਰੇ ਜਿਹੇ ਲਫ਼ਜ਼ ਜੀ ਬਹੁਤ ਬਹੁਤ ਸ਼ੁਕਰੀਆ ਅਸੀਂ ਇਸ ਨੂੰ ਸੰਭਾਲਾਂਗੇ ਤੇ ਆਉਣ ਵਾਲੇ ਪ੍ਰੋਮੋ ਦੇ ਵਿੱਚ ਜ਼ਰੂਰ ਇਹਨੂੰ ਐਡ ਕਰਾਂਗੇ ਮੈਂ ਵੀ ਇੱਕ ਕੁਦਰਤੀ ਗੱਲ ਹੈ ਮੇਰੇ ਮਾਈਂਡ ਦੇ ਵਿੱਚ ਵੀ ਆ ਰਿਹਾ ਸੀਗਾ ਕਿ ਇਸ ਤਰ੍ਹਾਂ ਦਾ ਕੁਛ ਪ੍ਰੋਮੋ ਦੇ ਵਿੱਚ ਐਡ ਕੀਤਾ ਜਾਵੇ ਮੈਂ ਕਿਹਾ ਬਿਲਕੁਲ ਦਿਲ ਦੀਆਂ ਗੱਲਾਂ ਨੇ ਨਾ ਹਾਂਜੀ 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 ਜੀ ਤੇ ਦਿਲ ਦੀਆਂ ਗੱਲਾਂ ਦੇ ਵਿੱਚ ਜਦੋਂ ਆਪਾਂ ਸ਼ੁਰੂਆਤ ਕਰਦੇ ਹਾਂ ਹਰ ਵਾਰੀ ਤੇ ਕਿਸੇ ਵੀ ਪ੍ਰੋਗਰਾਮ ਦੀ ਖਾਸ ਕਰਕੇ ਜਦੋਂ ਸਾਡੇ ਕੋਲ ਕੋਈ ਖੂਬਸੂਰਤ ਆਵਾਜ਼ ਹੋਵੇ ਕੋਈ ਫਨਕਾਰ ਤੇ ਖਾਸ ਕਰਕੇ ਜਿਹੜਾ ਟਿਊਸਡੇ ਵਾਲੇ ਦਿਨ ਕਈ ਵਾਰ ਹੋ ਜਾਂਦਾ ਹੈ ਮੰਡੇ ਨੂੰ ਵੀ ਅਸੀਂ ਆਰਟਿਸਟ ਲੈ ਆਉਂਦੇ ਹਾਂ ਜਿਸ ਵਿੱਚ ਕਰਨਾ ਪੈਂਦਾ ਕਈ ਵਾਰ ਗੈਸਟ ਬਟ ਮੋਸਟਲੀ ਟਿਊਸਡੇ ਨੂੰ ਕਰਦੇ ਹਾਂ ਤੇ ਉਸਦੇ ਵਿੱਚ ਕੀ ਹੁੰਦਾ ਕਿ ਸ਼ੁਰੂਆਤ ਦੇ ਵਿੱਚ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦਾ ਆਸ਼ੀਰਵਾਦ ਲਈਏ ਕੁਛ ਚਾਰ ਸ਼ਬਦ ਜ਼ਰੂਰ ਸੁਣਾਓ ਸਾਡੇ ਦਰਸ਼ਕ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਤੇ ਦਿਲ ਦੀਆਂ ਗੱਲਾਂ ਐਕਚੁਅਲੀ ਜੋ ਮੇਰੇ ਦਿਲ 'ਚ ਸੀ ਰੱਬ ਦਾ ਨਾਮ ਦਿਲ 'ਚ ਹੁੰਦਾ ਉਹ ਮੈਂ ਕਿਹਾ ਚਲੋ ਪ੍ਰੋਗਰਾਮ ਦੇ ਹਿਸਾਬ ਦੇ ਨਾਲ ਉਹ ਸ਼ੁਰੂ ਕਰਤਾ ਹਾਂਜੀ ਹਾਂਜੀ ਬਾਕੀ ਸ਼ੁਕਰੀਆ ਸ਼ੁਕਰੀਆ ਮੇਰੇ ਦਾਤਾ ਤੇਰਾ ਸ਼ੁਕਰੀਆ 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 ਮੇਰੇ ਦਾਤਾ ਤੇਰਾ ਸ਼ੁਕਰੀਆ ਤੂਨੇ ਚਰਨੋ ਸੇ ਲਗਾਇਆ ਮੇਰੇ ਸਰ ਪੇ ਤੇਰਾ ਸਾਇਆ ਇਸੇ ਕਾਇਮ ਰੱਖਣਾ ਬਸ ਤੇਰੀ ਓ ਮਿਹਰਬਾਨੀ ਹੈ ਸ਼ੁਕਰੀਆ ਸ਼ੁਕਰੀਆ ਮੇਰੇ ਦਾਤਾ ਤੇਰਾ ਸ਼ੁਕਰੀਆ 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 ਮੇਰੇ ਦਾਤਾ ਤੇਰਾ ਸ਼ੁਕਰੀਆ ਸੋ ਇਸ ਮਾਲਕ ਦੇ ਚਰਨਾਂ 'ਚ ਉਸ ਮਾਲਕ ਦੇ ਚਰਨਾਂ 'ਚ ਮੇਰੇ ਵੱਲੋਂ ਹਾਂਜੀ ਜੀ ਦਿਲ ਦੀਆਂ ਗੱਲਾਂ ਪ੍ਰੋਗਰਾਮ ਜਿਹੜਾ ਹੈਗਾ ਆ ਇਸਦੇ ਵਿੱਚ ਦਿਲ ਦੀਆਂ ਗੱਲਾਂ ਬਹੁਤ ਸਾਰੀਆਂ ਅਸੀਂ ਕਰਦੇ ਹਾਂ ਸੋ ਤੁਹਾਡੇ ਦਿਲ ਦੀ ਗੱਲ ਤੋਂ ਸ਼ੁਰੂਆਤ ਕਰਦੇ ਹਾਂ ਕਿ ਜਦੋਂ ਸ਼ੁਰੂਆਤ ਹੁੰਦੀ ਆ ਤੁਹਾਡੇ ਦੌਰ ਦੀ ਤੁਹਾਡੀ ਗਾਇਕੀ ਦੀ ਜਦੋਂ ਸ਼ੁਰੂਆਤ ਇੱਕ ਹੁੰਦੀ ਆ ਉਸਦੇ ਵਿੱਚ ਜਿਹੜਾ ਤੁਹਾਡਾ ਸਭ ਤੋਂ ਪਹਿਲਾ ਗੀਤ ਕਿਹੜਾ ਸੀਗਾ ਸਰ ਪਹਿਲਾ ਗੀਤ ਮੇਰਾ ਦਿਲਾ ਮਾਰ ਜਾਣਿਆ ਇੱਕ ਮੈਂ ਸੈਡ ਸੌਂਗ ਕੀਤਾ ਸੀ ਜਿਹੜਾ ਮੇਰੀ ਜ਼ਿੰਦਗੀ ਦਾ ਪਹਿਲਾ ਗਾਣਾ ਔਰ ਸੋਨੀ ਮਿਊਜ਼ਿਕ ਨੇ ਉਹਨੂੰ ਰਿਲੀਜ਼ ਕੀਤਾ ਸੀ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਸੁਣਾਈ ਉਹ ਵੀ ਜੀ ਜੀ ਜ਼ਰੂਰ ਛੱਡ ਦੇ ਦਿਲਾਏ ਝੂਠੇ ਵਾਦੇ ਤੂੰ ਕਿਉਂ ਨਹੀਂ ਪਿਛਾਨੂੰ ਮੁੜਦਾ ਟੁੱਟਿਆ ਸ਼ੀਸ਼ਾ ਤਾਂ ਟੁੱਟਿਆ ਸ਼ੀਸ਼ਾ ਤਾਂ ਜੁੜ ਜਾਂਦਾ ਦਿਲ ਟੁੱਟਿਆ ਫੇਰ ਨਾ ਜੁੜਦਾ ਦਿਲ ਮਰ ਜਾਣਿਆ ਦਿਲ ਮਰ ਜਾਣਿਆ ਦਿਲ ਮਰ ਜਾਣਿਆ ਦਿਲ ਮਰ ਜਾਣਿਆ ਜੇ ਤੂੰ ਸੋਚ ਕੇ ਅੱਖੀਆਂ ਲਾਉਂਦਾ ਅੱਜ ਰੋਂਦਾ ਨਾ ਪਛਤਾਉਂਦਾ ਜੇ ਤੂੰ ਸੋਚ ਕੇ ਅੱਖੀਆਂ ਲਾਉਂਦਾ ਵੱਡਿਆ ਸਿਆਣਿਆ ਦਿਲ ਮਰ ਜਾਣਿਆ ਦਿਲ ਮਰ ਜਾਣਿਆ ਇਹ ਮੇਰਾ ਪਹਿਲਾ ਗਾਣਾ ਸੀ ਜੀ ਦਿਲ ਮਰ ਜਾਣਿਆ ਜਿੱਦ ਸ਼ੁਰੂ ਜੀ ਬਹੁਤ ਬਹੁਤ ਖੂਬ ਬਹੁਤ ਖੂਬਸੂਰਤ ਉਸਤੇ ਉਸਦੀ ਲੋੜ ਵੀ ਨਹੀਂ ਹੈ ਕਹਿਣ ਦੀ ਕਿ ਬਹੁਤ ਖੂਬਸੂਰਤ ਆਵਾਜ਼ ਕਿਉਂਕਿ ਸਾਲਾਂ ਤੋਂ ਸੁਣਦੇ ਆ ਰਹੇ ਹਾਂ ਤੇ ਦਰਸ਼ਕ ਵੀ ਸੁਣਦੇ ਆ ਰਹੇ ਨੇ ਤੇ ਜਦੋਂ ਆਪਾਂ ਗੱਲ ਕਰਦੇ ਹਾਂ ਪੂਰਨ ਸ਼ਾਹ ਕੋਟੀ ਹੁਣਾਂ ਦੀ ਤਾਂ ਉਹਨਾਂ ਦੇ ਨਾਲ ਜਿਹੜੇ ਕਾਫੀ ਜੁੜੇ ਹੋਏ ਨੇ ਜਿਹੜੇ ਗਾਇਕ ਜਿਹਨਾਂ ਨੇ ਉਹਨਾਂ ਕੋਲੋਂ ਸਿੱਖਿਆ ਵੀ ਹੈ ਜੀ ਉਹਨਾਂ ਦੇ ਵਿੱਚੋਂ ਬਹੁਤ ਸਾਰੇ
ਜਿਹੜੇ ਹੈਗੇ ਨੇ ਕਲਾਕਾਰ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਮੇਲਿਆਂ ਦੇ ਵਿੱਚ ਵੀ ਮਿਲਦੇ ਰਹੇ ਆ, ਤੁਹਾਡੇ ਫਾਦਰ ਸਾਹਿਬ ਉਹਨਾਂ ਨੂੰ ਮਿਲਦੇ ਰਹੇ ਆ, ਚੰਡੀਗੜ੍ਹ ਸਟੂਡੀਓ 'ਚ ਵੀ ਮਿਲਦੇ ਰਹੇ ਆ, ਚੀਮਾ ਸਟੂਡੀਓ ਦੇ ਵਿੱਚ ਤੇ ਬਾਈ ਸੈਕਟਰ ਵਾਲੇ ਸਟੂਡੀਓ ਦੇ ਵਿੱਚ ਵੀ ਤੇ ਮਲਟੀ ਟਰੈਕ, ਹਾਂਜੀ ਮਲਟੀ ਚੈਨਲ, ਹਾਂਜੀ। ਤਾਂ ਉਸ ਤੋਂ ਇਲਾਵਾ ਮੇਲਿਆਂ ਦੇ ਵਿੱਚ, ਖੇਡ ਮੇਲਿਆਂ ਦੇ ਵਿੱਚ ਮਾਸਟਰ ਸਲੀਮ ਉਹਨਾਂ ਨੂੰ, ਤੇ ਜਿੱਥੇ ਆਪਾਂ ਗੱਲ ਮੈਂ ਤਾਂ ਇੱਥੇ ਲੈ ਕੇ ਆ ਰਿਹਾ ਵਾਂ ਕਿ ਮਾਝਾ ਰੰਗ ਮੰਚ ਦੀ ਗੱਲ ਯਾਦ ਆ ਗਈ ਮੈਨੂੰ। ਬਿਲਕੁਲ ਬਿਲਕੁਲ, ਆਪਣੀ ਸਵੇਰੇ ਫੋਨ ਤੇ ਵੀ ਇਹੀ ਗੱਲ ਹੋਈ ਸੀ ਮੈਨੂੰ ਜਦੋਂ ਤੁਸੀਂ ਜ਼ਿਕਰ ਕੀਤਾ ਤਰਨ ਤਾਰਨ ਦਾ, ਤੇ ਇੱਕ ਮਿੰਟ 'ਚ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਕਿੱਥੋਂ ਵਾਵਸਥਾ ਹੋ, ਹੈ ਨਾ। ਹਾਂਜੀ, ਸੋ ਉਹ ਜਿਹੜਾ ਮਾਝਾ ਰੰਗ ਮੰਚ ਤਰਨ ਤਾਰਨ, ਜਿੱਥੇ ਕਿ ਹਰ ਸਾਲ ਸੱਭਿਆਚਾਰਕ ਮੇਲਾ ਹੁੰਦਾ ਸੀ, ਉੱਥੇ ਹਰ ਵਾਰੀ ਇੱਕ ਵਾਰੀ ਮੁਲਾਕਾਤ ਹੋਈ, ਉਦੋਂ ਕਾਫੀ ਪੁਰਾਣੀ ਗੱਲ ਹੈ, ਉਹ ਚਿਹਰਾ ਵੀ ਚਿਹਰੇ ਬਦਲ ਜਾਂਦੇ ਆ ਨਾ, ਤੇ ਵਕਤ ਦੇ ਹਿਸਾਬ ਨਾਲ ਬਹੁਤ ਲੰਬਾ ਅਰਸੇ ਪਹਿਲਾਂ ਦੀ ਗੱਲ ਆ। ਤਾਂ ਤੁਸੀਂ ਉੱਥੇ ਇੱਕ ਗੀਤ ਸੁਣਾਇਆ ਸੀਗਾ ਮੇਰੇ ਖਿਆਲ ਨੁਸਰਤ ਸਾਹਿਬ ਦਾ ਜੀ, ਉਸ ਹਾਂਜੀ 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 ਹਾਂਜੀ, ਮੈਂ ਉਸ ਟਾਈਮ ਐਕਚੁਅਲੀ ਛੋਟਾ ਸੀ, ਕਾਫੀ ਮੈਨੂੰ ਥੋੜਾ ਧੁੰਦਲਾ ਧੁੰਦਲਾ ਜਿਹਾ ਯਾਦ ਹੈ ਕਿ ਮੇਰਾ ਖਿਆਲ ਹੈ ਕਿ ਮੈਂ 10 ਸਾਲ ਦਾ ਸੀ ਉਦੋਂ ਮੈਂ। ਹਾਂਜੀ 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 ਹਾਂਜੀ, ਤੇ ਬਾਕਾਇਦਾ ਮਤਲਬ ਬੜੇ ਅੱਛੇ ਤਰੀਕੇ ਨਾਲ ਮੇਲਾ ਹੁੰਦਾ ਸੀ ਮਾਝਾ ਰੰਗ ਮੰਚ ਦਾ, ਜਿਹੜਾ ਤਰਨ ਤਾਰਨ ਜਿਹਦੀ ਤੁਸੀਂ ਗੱਲ ਕਰ ਰਹੇ ਹੋ। ਮਾਣਕ ਸਾਹਿਬ ਵੀ ਆਏ ਸੀ, ਕੁਲਦੀਪ ਮਾਣਕ ਸਾਹਿਬ ਉਸਤਾਦ ਕੁਲਦੀਪ ਮਾਣਕ ਸਾਹਿਬ ਵੀ ਉਸ ਟਾਈਮ ਤੇ ਉੱਥੇ ਆਏ ਸੀ, ਔਰ ਉਸ ਟਾਈਮ ਮੈਂ ਸਲੀਮ ਭਾਜੀ ਦੇ ਨਾਲ ਗਿਆ ਸੀ ਉੱਥੇ ਉਸ ਮੇਲੇ ਚ। ਹਾਂਜੀ ਹਾਂਜੀ ਬਾਕਾਇਦਾ ਰੈਲੀ ਕੱਢੀ ਸੀ ਉੱਥੇ, ਮਤਲਬ ਟਰਾਲੀਆਂ ਦੇ ਵਿੱਚ ਬੈਠ ਕੇ, ਬਾਕਾਇਦਾ ਬੜਾ ਮਜ਼ੇਦਾਰ ਮਾਹੌਲ। ਹਾਂਜੀ ਹਾਂਜੀ, ਮੇਰਾ ਖਿਆਲ ਇਸ ਗੱਲ ਨੂੰ 24-25 ਸਾਲ ਮੇਰਾ ਖਿਆਲ ਜ਼ਿਆਦਾ ਹੋ ਗਏ, ਇੰਨੇ ਹੀ ਹੋ ਗਏ ਹੋਣੇ ਆ। ਮੈਂ ਨਵਾਂ ਨਵਾਂ, ਮੈਨੂੰ ਵੀ ਸ਼ੌਂਕ ਸੀਗਾ, ਮੈਂ ਉਸ ਟਾਈਮ 10th ਗ੍ਰੇਡ ਦੇ ਵਿੱਚ ਸੀਗਾ। ਅੱਛਾ ਜੀ। ਹਾਂਜੀ ਹਾਂਜੀ, ਸਾਨੂੰ ਅਸੀਂ ਵੀ ਲਾਈਕ ਸਕੂਲ ਵੱਲੋਂ ਪਾਰਟਿਸਪੇਟ ਕੀਤਾ ਸੀ ਉਸ ਮੇਲੇ ਦੇ ਵਿੱਚ। ਸੋ ਆਪਾਂ ਗੱਲਬਾਤ ਪੁਰਾਣੀਆਂ ਯਾਦਾਂ ਵਿੱਚ ਆ ਗਈਆਂ। ਸੋ ਅੱਜ ਕੱਲ੍ਹ ਜਿਸ ਤਰ੍ਹਾਂ ਮਾਹੌਲ ਹੈਗਾ, ਪੈਂਡੈਮਿਕ ਦਾ ਚੱਲ ਰਿਹਾ ਆ, ਕਾਫੀ ਕੁਛ ਬੰਦ ਆ, ਤੇ ਉਸ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਸਾਰੀਆਂ, ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਇਸ ਇੰਡਸਟਰੀ ਨਾਲ, ਮਿਊਜ਼ਿਕ ਇੰਡਸਟਰੀ ਨਾਲ ਜਾਂ ਫਿਲਮ ਇੰਡਸਟਰੀ ਦੇ ਆਪਣੇ ਜਿਹੜੇ ਭੈਣ ਭਰਾ ਨੇ ਉਹਨਾਂ ਜਦੋਂ ਗੱਲਬਾਤ ਕਰਦੇ ਹਾਂ, ਤੇ ਉੱਥੇ ਬਹੁਤ ਸਾਰੀਆਂ ਜਿਸ ਤਰ੍ਹਾਂ ਮੁਸੀਬਤਾਂ ਦਾ, ਇੱਕ ਔਕੜਾਂ ਦਾ ਕਿਤੇ ਨਾ ਕਿਤੇ, ਕਿਉਂਕਿ ਹਰ ਸ਼ੋਅ ਦੇ ਵਿੱਚ ਵੀ ਮੈਂ ਗੱਲ ਕਰਦਾ ਹੁੰਦਾ ਵਾਂ ਕਿ ਜਿਸ ਦੇ ਵਿੱਚ ਕਿ ਇੱਕ ਕਲਾਕਾਰ, ਇੱਕ ਸਿੰਗਰ ਦੇ ਨਾਲ ਕਾਫੀ ਲੋਕ ਜੁੜੇ ਹੁੰਦੇ ਨੇ, ਉਹ ਭਾਵੇਂ ਤੁਸੀਂ ਮਿਊਜ਼ੀਸ਼ੀਅਨ ਲੈ ਲਓ, ਸਾਊਂਡ ਲੈ ਲਓ, ਜਾਂ ਟਰਾਂਸਪੋਰਟੇਸ਼ਨ ਵੀ ਲੈ ਲਓ ਜਿਸ ਦੇ ਉੱਪਰ ਤੁਸੀਂ ਜਾਂਦੇ ਆ ਸ਼ੋਅ ਕਰਨ, ਤੇ ਉਹਦੇ ਵਿੱਚ ਤੁਹਾਨੂੰ ਕੀ ਇਫੈਕਟ ਹੋਇਆ ਉਸ ਇਸ ਦੌਰ ਦੇ ਵਿੱਚ? ਪਹਿਲਾਂ ਤਾਂ ਜੀ ਇਹਨੂੰ ਆਪਾਂ ਇਹ ਕਹਿ ਸਕਦੇ ਹਾਂ, ਪਹਿਲਾਂ ਦੇਖੋ ਤੁਸੀਂ, ਪਹਿਲਾਂ ਕੁਛ ਟਾਈਮ ਜਿਹੜੀ ਇੱਕ ਮਹਾਂਮਾਰੀ ਆਈ, ਕਰੋਨਾ ਦਾ ਜਿਹੜਾ ਕਹਿਰ ਆਇਆ ਦੁਨੀਆ ਤੇ, ਉਹਦੇ ਵਿੱਚ ਬੜਾ ਟਾਈਮ ਖਰਾਬ ਹੋਇਆ, ਤੇ ਹਜੇ ਤੱਕ ਵੀ ਮੇਰਾ ਖਿਆਲ ਥੋੜਾ ਚੱਲ ਹੀ ਰਿਹਾ, ਖਰਾਬ ਚੱਲ ਹੀ ਰਿਹਾ, ਹੈ ਨਾ। ਤੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਕੋਈ ਵੀ ਆਰਟਿਸਟ ਹੈ, ਕੋਈ ਸਿੰਗਰ ਹੈ, ਉਹਦੇ ਨਾਲ 10-15 ਲੋਕ ਹੋਰ ਜੁੜੇ ਹੁੰਦੇ ਨੇ, ਉਹਨਾਂ ਦਾ ਵੀ ਘਰ ਚੱਲਦਾ ਹੈ, ਕਲਾਕਾਰ ਦਾ ਵੀ ਘਰ ਚੱਲਦਾ ਹੈ, ਉਹਨਾਂ ਦਾ ਵੀ ਘਰ ਚੱਲਦਾ ਹੈ, ਉਹ ਬੜੀ ਮੁਸ਼ਕਿਲ ਹੈ, ਇੱਕ ਸਾਰਾ ਕੰਮ ਬੜਾ ਸਲੋ ਹੀ ਹੋ ਗਿਆ, ਮਤਲਬ ਬੰਦ ਹੀ ਹੋ ਗਿਆ, ਬੜੀ ਮੁਸ਼ਕਿਲ ਟਾਈਮ ਇਹ ਗੁਜ਼ਰ ਰਿਹਾ। ਤੇ ਵਾਹਿਗੁਰੂ ਅਕਾਲ ਪੁਰਖ ਠੀਕ ਕਰੇ, ਤੇ ਜਲਦੀ ਠੀਕ ਹੋ ਵੀ ਜਾਏਗਾ। ਤੇ ਹਾਂਜੀ ਹਾਂਜੀ, ਬਿਲਕੁਲ ਸਹੀ ਹੈ ਗੱਲ ਤੁਹਾਡੀ, ਬੜੀ ਮੁਸ਼ਕਿਲ ਵੈਸੇ ਤਾਂ ਆਈ ਹੈ, ਸਭ ਨੂੰ ਹੀ ਜੀ। ਕੋਈ ਕਈ ਦੱਸ ਰਹੇ ਨੇ, ਕਈ ਨਹੀਂ ਦੱਸਦੇ, ਅੰਦਰ ਰੱਖ ਰਹੇ ਨੇ, ਬਟ ਪਤਾ ਹੈ ਸਭ ਨੂੰ, ਇਹ ਹਾਵ ਭਾਵ ਸਭ ਨੂੰ ਪਤਾ ਹੈ ਕਿ ਮਤਲਬ ਮੁਸ਼ਕਿਲ ਚੱਲ ਰਹੀ ਹੈ ਸਭ ਦੇ ਜੀ ਜੀ ਦਾ ਸਾਹਮਣਾ ਕਰਨਾ ਇਹ ਸਭ ਜੀ ਜੀ, ਕਿਉਂਕਿ ਇਸ ਦੌਰ ਦੇ ਵਿੱਚ ਚੋਂ ਜਦੋਂ ਆਪਾਂ ਇੱਕ ਸਮਾਂ ਹੁੰਦਾ ਆ, ਕੋਈ ਵੀ ਚੀਜ਼ ਹੁੰਦੀ ਆ, ਕੋਈ ਇੱਕ ਲਿਮਿਟਿਡ ਹੁੰਦੀ ਆ, ਇੱਕ ਕਿ ਇੰਨੇ ਸਮੇਂ ਵਾਸਤੇ ਆ, ਤੇ ਇਸ ਦੀ ਅਜੇ ਤੱਕ ਵੀ ਸਾਨੂੰ ਪਤਾ ਨਹੀਂ ਹੈ ਕਿ ਕਿੰਨਾ ਚਿਰ ਚੱਲੇਗਾ। ਹਾਂਜੀ, ਸੋ ਦਰਸ਼ਕੋ ਅਸੀਂ ਗੱਲਬਾਤ ਕਰ ਰਹੇ ਹਾਂ ਅੱਜ ਪੇਜੀ ਸ਼ਾਹ ਕੋਟੀ ਉਹਨਾਂ ਦੇ ਨਾਲ, ਬਹੁਤ ਸਾਰੇ ਗੀਤ ਇਹਨਾਂ ਕੋਲੋਂ ਸੁਣਨੇ ਨੇ, ਤੇ ਹੋਰ ਵੀ ਬਹੁਤ ਸਾਰੀਆਂ ਇਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਨੇ, ਤੇ ਵੇਲਾ ਉਹ ਚੱਲਿਆ ਛੋਟੀ ਜਿਹੀ ਬ੍ਰੇਕ ਦਾ, ਜਾਇਓ ਕਿਤੇ ਨਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ੍ਰੀ ਅਕਾਲ ਦਰਸ਼ਕੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ। ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਤੁਹਾਡੇ ਨਾਲ ਜੁੜੇ ਹਾਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ। ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨਿੱਕ@justbroadcasting.com ਦੇ ਉੱਪਰ,
या फिर info@justbroadcasting.com के उपर साडे संपर्क करके ताडा कोई भी बिजनेस है, कोई भी कारोबार है, कोई भी ईवेंट है, कोई भी मैसेज है तुसी पूरी दुनिया तक पहुँचाना चाहते हो तो साडे इस चैनल दे राही जस पंजाबी दा परिवार दा हिस्सा बन के तुसी पूरी दुनिया तक पहुँचा सकते हो, क्योंकि साडे प्रोग्राम पूरी दुनिया के वक्रे वक्रे शहरों के वक्रे वक्रे समय के उत्ते टैलीकास्ट होंदे ने। सो अज दे इस प्रोग्राम दे विच जिहड़े साडे मेहमान ने ताडे लई असीं लै के आए हाँ पेजी शाहकोटी जी। पेजी शाहकोटी जी स्वागत है एक बार फिर ताडा ब्रेक तो बाद। मेहरबानी जी। सो आपां गलबात कर रहे सीगे पेजी जी कि जिहड़ी पेंडेमिक दी जिहड़ा बंद गया दौर ते हाले भी पता नहीं है किन्ना चिर होर ये दौर चलेगा, क्योंकि अजकल हाँ जी जो जदों हालात सही सीगे या पेंडेमिक दा दौर नहीं सीगा ते इस महीने दे विच शुरुआत हो जांदी है लोहड़ी दा, जिदां कल नूं लोहड़ी है उस तों साडे इत्थे अमेरिका दे विच वी उस टाइम दे उपरों मेले कॉन्सर्ट इनडोर शुरू हो जांदे ने, जिहड़े अंदर वाले तां मार्च तों बाद दे विच विसाखी दे लागे जा के ते फिर आउटडोर मेले हो जांदे ने शुरू ਤੇ ਉਹ ਜਿਹੜੀ ਚੀਜ਼ ਆ ਦਰਸ਼ਕ ਜਿੱਥੇ ਮਿਸ ਕਰਦੇ ਨੇ ਉੱਥੇ ਹੀ ਜਿਹੜੀ ਸਾਡੀ ਕੋਸ਼ਿਸ਼ ਹੈਗੀ ਆ ਜਿਸ ਦੇ ਵਿੱਚ ਅੱਜ ਤੁਸੀਂ ਵੀ ਆਪਣਾ ਇੱਕ ਯੋਗਦਾਨ ਪਾ ਰਹੇ ਹੋ, ਆਪਣਾ ਇੱਕ ਹਿੱਸਾ ਪਾ ਰਹੇ ਹੋ ਕਿ ਘਰ ਬੈਠੇ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਨੇ ਜਸ ਪਰਿਵਾਰ ਦੇਖਣ ਵਾਲੇ ਪੂਰੀ ਦੁਨੀਆ ਦੇ ਵਿੱਚ ਦੇਖਣ ਵਾਲੇ ਜਿਹੜੇ ਵੀ ਜਸ ਟੀਵੀ ਨੂੰ ਦੇਖਦੇ ਨੇ ਸਾਡੇ ਸ਼ੋਅ ਦੇਖਦੇ ਨੇ ਉਹ ਸਾਡਾ ਪਰਿਵਾਰ ਦਾ ਹਿੱਸਾ ਨੇ ਤੇ ਉਹਨਾਂ ਦੇ ਲਈ ਅਸੀਂ ਅੱਜ ਖੂਬਸੂਰਤ ਆਵਾਜ਼ ਲੈ ਕੇ ਆਏ ਹਾਂ ਤੇ ਗੱਲਬਾਤ ਤੇ ਕਰਾਂਗੇ। ਸ਼ੁਰੂਆਤ ਕਰਦੇ ਹਾਂ ਇੱਕ ਵਧੀਆ ਜਿਹੇ ਗੀਤ ਦੇ ਨਾਲ। हाँ जी जिमें तुसी कहा कि सारे दर्शक तुहाडे परिवार का हिस्सा ने, मैं भी तुहाडे चैनल का भी हिस्सा और तुहाडे परिवार का मैं भी हिस्सा जी, और तुहाडे वास्ते मैं कहना चाहुंदा मैनू रहणू डीकां तेरिया रहणू डीकां तेरिया दिन चढ़दा मुक जावे मैनू रहणू डीकां तेरिया दिन चढ़दा मुक जावे मैं केड़े पासे जावां जिथे याद तेरी ना वे केड़े पासे जावां जिथे याद तेरी ना वे मैनू रहणू डीकां तो ये है कि मैं केड़े पासे जावां जिथे याद तेरी ना आवे जी 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 असीं इस चीजां नूं समझदे आ कि जिहड़ियां यादां ने यादां जिदां असीं परदेसां दे विच बैठे आ ते यादां दे नाल साडा बहुत डूंघा रिश्ता आ ते ਕਿਤੇ ਨਾ ਕਿਤੇ ਜਦੋਂ ਆਪਾਂ ਗੱਲ ਕਰਦੇ ਹਾਂ ਜ਼ਿੰਦਗੀ ਦੇ ਉਤਾਰ ਚੜ੍ਹਾਅ ਦੀ ਗੱਲ ਆ ਜਾਂਦੀ ਆ ਉਸ ਦੇ ਨਾਲ ਯਾਦਾਂ ਬੜੀਆਂ ਜੁੜੀਆਂ ਰਹਿੰਦੀਆਂ ਨੇ ਅਤੇ ਮੈਂ ਤੁਹਾਡੀ ਜ਼ਿੰਦਗੀ ਦੇ ਉਤਾਰ ਚੜ੍ਹਾਅ ਦੀ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਤੋਂ ਪੁੱਛਣੀ ਚਾਹਾਂਗਾ ਕਿ ਤੁਹਾਡੀ ਜ਼ਿੰਦਗੀ ਦਾ ਜਿਹੜਾ ਕੋਈ ਇਹੋ ਜਿਹਾ ਪਲ ਜਿਹਦੇ ਨਾਲ ਯਾਦਾਂ ਜੁੜੀਆਂ ਹੋਣ ਕੋਈ ਜ਼ਿੰਦਗੀ ਦਾ ਮੇਰਾ ਇੱਕ ਐਸਾ ਮੈਂ ਪਹਿਲੀ ਵਾਰੀ ਐਕਚੁਲੀ ਜਦੋਂ ਗਾਇਆ ਮੇਰੇ ਫਾਦਰ ਸਾਹਿਬ ਜਨਾਬ ਉਸਤਾਦ ਪੂਰਨ ਸ਼ਾਹਕੋਟੀ ਸਾਹਿਬ ਉਹਨਾਂ ਮੈਨੂੰ ਬੜੀ ਘੁੱਟ ਕੇ ਜੱਫੀ ਪਾਈ ਮੈਨੂੰ ਅਤੇ ਉਹ ਪਲ ਮੈਨੂੰ ਬੜਾ ਮਤਲਬ ਉਹ ਮੇਰੇ ਵਾਸਤੇ ਬਹੁਤ ਅੱਛਾ ਪਲ ਸੀ ਜਿਹੜਾ ਅੱਛਾ ਪਲ ਕਿ ਮੈਂ ਐਕਚੁਲੀ ਬਤੌਰ ਰਿਦਮ ਪਲੇਅਰ ਪਹਿਲਾਂ ਸਭ ਦੇ ਨਾਲ ਕੰਮ ਕੀਤਾ ਜੀ ਜੀ ਸਲੀਮ ਭਾਜੀ ਦੇ ਨਾਲ ਵੀ ਹੰਸ ਭਾਜੀ ਨਾਲ ਜਸਬੀਰ ਜੱਸੀ ਉਹਨਾਂ ਦੇ ਨਾਲ ਭਾਜੀ ਹੋਰਾਂ ਨਾਲ ਬਤੌਰ ਰਿਦਮ ਪਲੇਅਰ ਡਰਮਰ ਸਾਬਰਕੋਟੀ ਉਹਨਾਂ ਨਾਲ ਵੀ ਸਾਬਰਕੋਟੀ ਦੇ ਨਾਲ ਵੀ ਬਿਲਕੁਲ ਬਿਲਕੁਲ ਮੈਨੂੰ ਨਾਂ ਉੱਕ ਗਿਆ ਸੀ ਔਰ ਤੁਹਾਡੀ ਮਿਹਰਬਾਨੀ ਤੁਸੀਂ ਮੈਨੂੰ ਨਾਮ ਯਾਦ ਕਰਾਇਆ ਔਰ ਉਹ ਐਸਾ ਸੁਰੀਲਾ ਨਾਮ ਹੈ ਕਿ ਰਹਿੰਦੀ ਦੁਨੀਆ ਤੱਕ ਸਭ ਨੂੰ ਯਾਦ ਰਹੇਗਾ ਤੁਹਾਡੀ ਮਿਹਰਬਾਨੀ ਮਤਲਬ ਮੇਰੇ ਜਿਹੜੇ ਸੀਨੀਅਰ ਕਲਾਕਾਰ ਨੇ ਜਿਹਨਾਂ ਦੀ ਮੈਂ ਇੱਜ਼ਤ ਕਰਦਾ ਵੈਸੇ ਤਾਂ ਮੈਂ ਸਭ ਦੀ ਇੱਜ਼ਤ ਕਰਦਾ ਸਾਰੇ ਫਨਕਾਰ ਜਿੰਨੇ ਨੇ ਪਹਿਲੇ ਵੀ ਔਰ ਅੱਜ ਦੇ ਵੀ ਸਭ ਸਾਰੇ ਮੇਰੇ ਨਾ ਸਤਿਕਾਰਯੋਗ ਨੇ ਬਟ ਮੈਂ ਪਹਿਲਿਆਂ ਜਿਹੜੇ ਸਿੰਗਰ ਜਿਹੜੇ ਹੈਗੇ ਨਾ ਉਹਨਾਂ ਦੇ ਨਾਲ ਮੈਨੂੰ ਸੰਗਤ ਕਰਨ ਦਾ ਮੌਕਾ ਮਿਲਿਆ ਹਨਾ ਰਿਦਮ ਤੇ ਉਸ ਤੋਂ ਬਾਅਦ ਮੈਨੂੰ ਸ਼ੌਕ ਰੱਖਦਾ ਸੀ ਮੈਂ ਗਾਣੇ ਦਾ ਕਿਉਂਕਿ ਬਾਬਾ ਜੀ ਦੀ ਕਿਰਪਾ ਦੇ ਨਾਲ ਘਰ 'ਚ ਮਾਹੌਲ ਐਸਾ ਗਾਣੇ ਦਾ ਸੰਗੀਤ ਦਾ ਤੇ ਮੈਨੂੰ ਡੈਡੀ ਕਹਿੰਦੇ ਵੀ ਤੂੰ ਵੀ ਗਾਇਆ ਕਰ ਵੀ ਤੂੰ ਡਿਜ਼ਰਵ ਕਰਦਾ
ਤੇ ਮੇਰਾ ਖਿਆਲ 2001 ਜਾਂ 2001 ਦੇ ਵਿੱਚ ਮੈਂ ਕੈਨੇਡਾ ਗਿਆ, ਜਦੋਂ ਉੱਥੇ ਕਿਸੇ ਦੇ ਘਰ ਬੈਠੇ ਮੈਂ ਗੁਣਗੁਣਾਇਆ, ਥੋੜਾ ਗਾਇਆ ਕਿਸੇ ਦੇ ਘਰ ਬੈਠੇ, ਉਹਨਾਂ ਨੇ ਕਿਹਾ ਵੀ ਕੁਛ ਸੁਣਾਓ, ਡੈਡੀ ਜੀ ਨੇ ਵੀ ਸੁਣਾਇਆ, ਸਲੀਮ ਭਾਅ ਜੀ ਨੇ ਵੀ ਸੁਣਾਇਆ, ਮੈਨੂੰ ਵੀ ਕਿਹਾ ਵੀ ਤੂੰ ਵੀ ਸੁਣਾ, ਉਹ ਮੈਂ ਵੀ ਸੁਣਾ ਤਾ ਗਾਣਾ ਉੱਥੇ। ਜਦੋਂ ਮੈਂ ਸੁਣਾਇਆ ਡੈਡੀ ਬੜਾ ਹੈਰਾਨ ਹੋਏ ਔਰ ਬੜਾ ਖੁਸ਼ ਹੋਏ, ਕਹਿੰਦੇ ਯਾਰ ਤੂੰ ਡਿਜ਼ਰਵ ਕਰਦਾ ਬੇਟਾ, ਤੂੰ ਗਾਇਆ ਕਰ। ਫਿਰ ਮੈਂ ਇੰਡੀਆ ਆ ਕੇ ਗਾਣਾ ਕੀਤਾ ਇੱਕ, ਦਿਲਾ ਮਰ ਜਾਣਿਆ ਜਿਹੜਾ ਮੈਂ ਪਹਿਲਾਂ ਸੁਣਾਇਆ ਤੁਹਾਨੂੰ ਗਾਣਾ, ਤੇ ਉਹ ਮੈਂ ਸਟੂਡੀਓ ਜਦੋਂ ਮੈਂ ਗਾ ਕੇ ਆਇਆ, ਘਰ ਆ ਕੇ ਸੁਣਾਇਆ ਕਿ ਡੈਡੀ ਜੀ ਮੈਂ ਕਿੱਦਾਂ ਦਾ ਗਾਇਆ, ਤੋ ਉਹਨਾਂ ਨੇ ਮੈਨੂੰ ਜਿਹੜੀ ਜੱਫੀ ਪਾਈ ਨਾ, ਰੋ ਕੇ ਮਤਲਬ ਕਹਿੰਦੇ ਯਾਰ ਇੱਧਰ ਆ, ਮੈਨੂੰ ਬੜਾ ਪਿਆਰ ਆਇਆ। ਉਹ ਮੇਰੇ ਵਾਸਤੇ ਉਹ ਬੜਾ ਉਹ ਯਾਦਗਾਰ ਪਲ, ਮਤਲਬ ਮੇਰੇ ਵਾਸਤੇ ਬੜਾ ਉਹ ਬੜਾ ਵੱਡਾ ਦਿਨ ਸੀ ਜੀ। ਹਾਂਜੀ, ਉਹ ਹਮੇਸ਼ਾ ਯਾਦ ਰਹਿੰਦੀ ਉਹ ਗੱਲ, ਜਦੋਂ ਡੈਡੀ ਜੀ ਨੇ ਕਿਹਾ ਤੂੰ ਡਿਜ਼ਰਵ ਕਰਦਾ ਗਾਇਆ ਕਰ, ਮੇਰਾ ਆਸ਼ੀਰਵਾਦ ਜੀ। ਉੱਥੋਂ ਆਸ਼ੀਰਵਾਦ, ਉਸ ਆਸ਼ੀਰਵਾਦ ਤੋਂ ਜੁੜੇ ਤੇ ਤੁਸੀਂ ਮਿਊਜ਼ਿਕ ਨਾਲ ਸੀਗੇ ਸ਼ੁਰੂ ਤੋਂ ਹੀ, ਬਚਪਨ ਤੋਂ ਹੀ। ਤੁਹਾਨੂੰ ਮੈਂ ਬਹੁਤ ਛੋਟੇ ਹੁੰਦਿਆਂ ਤੋਂ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, 10 ਸਾਲ ਦੇ ਸੀਗੇ, ਤੇ ਮੇਰੇ ਖਿਆਲ ਤੁਸੀਂ ਰਿਦਮ ਉਦੋਂ ਵੀ ਬਹੁਤ ਛੋਟੀ ਉਮਰ ਤੋਂ ਹੀ ਪ੍ਰੇ ਕਰਨ ਲੱਗ ਪਏ ਸੀਗੇ ਜੀ। ਜੀ 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 ਤੇ ਉਹ ਜਿਸ ਤੇ ਗੱਲ ਤੁਸੀਂ ਆਪਣੇ ਪਹਿਲੇ ਗੀਤ ਦੀ ਦੱਸੀ ਆ, ਤਾਂ ਮੈਨੂੰ ਯਾਦ ਆ ਜਦੋਂ ਮਾਸਟਰ ਸਲੀਮ ਹੁਣਾਂ ਦਾ ਪਹਿਲੀ ਵਾਰ ਸਟੇਜ 'ਤੇ ਆਏ ਸੀਗੇ, ਬਠਿੰਡੇ ਦੂਰਦਰਸ਼ਨ ਦਾ ਕੇਂਦਰ ਦਾ ਉਦਘਾਟਨ ਸੀਗਾ, ਤੇ ਉਹਨਾਂ ਨੇ ਗਾਇਆ ਸੀਗਾ ਮਾਈਆ ਚਰਖੇ ਦੀ ਮਿੱਠੀ ਮਿੱਠੀ ਘੂਕ, ਮਾਈਆ ਮੈਨੂੰ ਯਾਦ ਆਉਂਦਾ, ਦੂਰਦਰਸ਼ਨ ਦੀ ਓਪਨਿੰਗ ਸੈਰੇਮਨੀ ਤੇ। ਹਾਂਜੀ 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 ਤਾਂ ਉਹ ਜਦੋਂ ਮੈਂ ਗੀਤ ਸੁਣਿਆ, ਮੈਂ ਕਿਹਾ ਛੋਟਾ ਜਿਹਾ ਬੱਚਾ ਗੀਤ ਗਾ ਰਿਹਾ ਵਾ, ਤਾਂ ਉਸ ਗੀਤ ਨੇ ਮੈਨੂੰ ਉਹ ਜਿਹੜਾ ਮੈਂ ਜਦੋਂ ਮਾਸਟਰ ਸਲੀਮ ਉਹਨਾਂ ਨੂੰ ਪਹਿਲੀ ਵਾਰ ਮੈਂ ਸਟੇਜ 'ਤੇ ਦੇਖਿਆ ਕਿ ਮੈਂ ਕਿਹਾ ਛੋਟਾ ਜਿਹਾ ਬੱਚਾ ਇਹਨਾਂ ਦੀਆਂ ਗਾਣਾ ਗਾ ਰਿਹਾ। ਉਸ ਤੋਂ ਅਗਲੇ ਦਿਨ ਸਾਡੇ ਸਕੂਲ ਦੇ ਵਿੱਚ ਪ੍ਰੋਗਰਾਮ ਸੀਗਾ, ਜਿਹੜੀ ਬਾਲ ਸਭਾ ਵਗੈਰਾ ਲੱਗਦੀਆਂ ਨੇ, ਤੇ ਮੈਂ ਸ਼ੌਂਕ ਤੇ ਮੈਨੂੰ ਸ਼ੁਰੂ ਤੋਂ ਸੀਗਾ ਹੀ ਥੋੜਾ ਬਹੁਤ ਕੁਛ ਨਾ ਕੁਛ ਕਰਨ ਦਾ, ਤਾਂ ਫਿਰ ਉਸ ਚੀਜ਼ ਨੇ ਮੈਨੂੰ ਹਿੰਮਤ ਦਿੱਤੀ ਸੀਗੀ ਸਟੇਜ ਤੇ ਚੜ੍ਹਨ ਦੀ, ਤੇ ਉਸ ਤੋਂ ਬਾਅਦ ਸ਼ੁਰੂਆਤ ਹੋਈ, ਨਾਟਕ ਕੀਤੇ, ਪਲੇ ਕੀਤੇ, ਹੋਰ ਵੀ ਬਹੁਤ ਕੁਛ, ਤੇ ਅੱਜ ਰੂਬਰੂ ਹੋਏ ਆ ਇੰਨੇ ਸਾਲਾਂ ਬਾਅਦ ਫਿਰ। ਤੇ ਉਹ ਚੀਜ਼ ਹੁੰਦੀ ਹੈ ਕਿ ਇੱਕ ਜਦੋਂ ਕਿ ਉਹ ਜਿਹੜਾ ਗੀਤ ਮਾਸਟਰ ਸਲੀਮ ਹੁਣਾ ਜਿਹੜਾ ਪਹਿਲਾਂ ਉਹ ਗੀਤ ਸੀਗਾ, ਉਹਦੇ ਜੇ ਤੁਹਾਨੂੰ ਹੈ ਨੁਸਰਤ ਸਾਹਿਬ ਦਾ ਨੇ ਵੀ ਗਾਇਆ ਉਸ ਗੀਤ ਨੂੰ, ਮੈਂ ਵੀ ਕਈ ਵਾਰ ਕੋਸ਼ਿਸ਼ ਕੀਤੀ ਉਸ ਸਕੂਲ ਦੇ ਟਾਈਮ ਦੇ ਉੱਪਰ ਵੀ ਉਸ ਗੀਤ ਨੂੰ ਗੁਣਗੁਣਾਉਣ ਦੀ, ਤਾਂ ਉਹਦੀਆਂ ਮੈਂ 4 ਲਾਈਨਾਂ ਤੁਹਾਡੇ ਕੋਲ ਸੁਣਨੀਆਂ ਚਾਹਾਂਗਾ। ਜ਼ਰੂਰ ਜੀ, ਉਹ ਗਾਣਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਗਾਇਆ, ਔਰ ਸਲੀਮ ਭਾਈ ਦਾ ਬੜਾ ਮਸ਼ਹੂਰ ਹੋਇਆ ਪਹਿਲਾ ਗਾਣਾ ਉਹ, ਹਾਂਜੀ ਹਾਂਜੀ ਉਹਨਾਂ ਨੇ ਗਾਇਆ ਸੀ, ਹਨਾ। ਜ਼ਰੂਰ ਜੀ, ਮੇਰੇ ਦਿਲ ਵਿੱਚ ਉੱਠ ਦੀਏ ਊ, ਮੇਰੇ ਦਿਲ ਵਿੱਚ ਉੱਠ ਦੀਏ ਊ, ਮਾਇਆ ਮੈਨੂੰ ਯਾਦ ਆਉਂਦਾ ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ, ਮਾਇਆ ਮੈਨੂੰ ਯਾਦ ਆਉਂਦਾ ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ, ਮਾਇਆ ਮੈਨੂੰ ਯਾਦ ਆਉਂਦਾ ਸੁਣ ਚਰਖੇ ਦੀ ਮਿੱਠੀ ਮਿੱਠੀ ਕੂ। ਠੀਕ ਹੈ ਜੀ ਜੀ ਜੀ, ਮੈਂ ਪਹੁੰਚ ਗਿਆ ਸੀ ਬਹੁਤ ਪਿੱਛੇ। ਸੋ ਇਸ ਗੀਤ ਦੇ ਨਾਲ ਬਹੁਤ ਯਾਦਾਂ ਜੁੜੀਆਂ ਨੇ ਮੇਰੀਆਂ ਵੀ, ਤੇ ਤੁਸੀਂ ਵੀ ਗਾਉਂਦੇ ਰਹੇ ਜੁੜੀਆਂ ਹੋਣਗੀਆਂ, ਤੇ ਗਾਉਂਦੇ ਤੁਸੀਂ ਜੀ? ਨਹੀਂ, ਕੋਸ਼ਿਸ਼ ਕਰੀਦੀ ਆ ਕਦੀ ਕਦੀ, ਕੋਸ਼ਿਸ਼ ਕਰਨ ਵਾਲਾ ਬੰਦਾ ਪਾਰ ਲੱਗਦਾ ਜੀ। ਜੀ ਜੀ, ਤੇ ਗੱਲ ਆਉਂਦੀ ਹੈ ਜਦੋਂ ਮੈਂ ਮੇਰੇ ਦਿਮਾਗ ਚੋਂ ਨਿਕਲਣਾ ਜਾਵੇ, ਆਪਾਂ ਸਾਬਰ ਕੋਟੀ ਹੁਣਾਂ ਦੀ ਗੱਲ ਕਰ ਰਹੇ ਸੀਗੇ, 2007 ਦੇ ਵਿੱਚ ਇੱਥੇ ਆਏ ਸੀਗੇ, ਇੰਡੀਆ 'ਚ ਵੀ ਕਾਫੀ ਉਹਨਾਂ ਨਾਲ ਮੁਲਾਕਾਤ ਹੁੰਦੀ ਸੀ। ਮੈਨੂੰ ਤਾਂ ਪਹਿਲਾਂ ਇਹੋ ਲੱਗਦਾ ਹੁੰਦਾ ਸੀਗਾ ਕਿ ਉਹ ਤੁਹਾਡੇ ਪਰਿਵਾਰ ਦਾ ਹਿੱਸਾ ਹੀ ਨੇ, ਤੁਹਾਡੇ ਹਿੱਸਾ ਹੀ ਨੇ। ਹਾਂਜੀ, ਤੇ ਉਹ ਕੀ ਫੈਮ ਕੀ ਕਈਆਂ ਮੇਲਿਆਂ 'ਤੇ ਅਸੀਂ ਦੇਖਣਾ ਕਿ ਇੱਕ ਜੈਸੇ ਟੀਮ ਤੁਹਾਡੇ ਫਾਦਰ ਸਾਹਿਬ, ਅਤੇ ਜਦੋਂ ਸਲੀਮ ਹੁਣਾਂ ਨੇ ਨਵਾਂ ਨਵਾਂ ਸ਼ੁਰੂਆਤ ਕੀਤੀ ਉਹ ਤਾਂ ਛੋਟੇ ਹੁੰਦੇ ਸੀਗੇ, ਅਤੇ ਆਪਣਾ ਸਾਬਰ ਕੋਟੀ ਹੁਣੀ ਇਹ ਇੱਕ ਟੀਮ ਹੀ ਹਮੇਸ਼ਾ ਦੇਖੀ ਦੀ ਸੀ ਉਸ ਦੌਰ ਦੇ ਵਿੱਚ, ਜਦੋਂ ਵੀ ਮੇਲਿਆਂ ਦੇ ਵਿੱਚ ਅਸੀਂ ਦੇਖਣਾ, ਤਾਂ ਮੈਨੂੰ ਹੁੰਦਾ ਸੀਗਾ ਇਹ 2 ਬ੍ਰਦਰ ਨੇ ਅਤੇ ਇਹ ਛੋਟਾ ਬੇਟਾ ਹੈ ਨਾ, ਅਤੇ ਉਹ ਬਾਅਦ ਚਲੋ ਹੈਗੇ ਪਰਿਵਾਰ ਦਾ ਹਿੱਸਾ ਹੀ ਨੇ,
पर इतने दोबारा उन्होंने नाल काफ़ी अरसे बाद फिर मेरी मुलाकात 2007 इतने आए थे जिते असी रहने फिलाडेल्फिया दे विच इतने उन्होंने शो हैगा सीगा उत्थे उन्होंने नाल काम किया लाइक उस शो दे विच एंकरिंग करन दा थोड़ा मौका मिलिया मैनू तो उत्थे फिर दोबारा मुलाकात हुई तो पुरानी गल्लां बातां असी बह के कीतियां तो फिर जो अचानक पता लगा उन्होंने सेहत बारे तो बहुत दुख होया कि हाँ जी बहुत माड़ा है हाँ जी ते ओ पहला ते एक यकीन जा नहीं होया कि इदा हो नहीं सकता कि है ना ते फिर जो खबर सुनी ते जो देखिया ते ओ उस दे बाद दे विच फिर जिहड़ा उन्हां दे मैनू किसी ने पूरी वीडियो भेजी जो उन्हां दे जगह बरसी उन्होंने मनाया प्रोग्राम से जिथे सारे गए थे कलाकार तुसी भी सीगे तुहाडे ब्रदर भी सीगे सारे सीगे काफ़ी वड्डा प्रोग्राम होया सीगा वह भी मैं देखिया उन्होंने जिहड़े बेटे ने उन्होंने भी परफॉर्म किया तो उस चीज़ में जो आप देखते हाँ तो उन्होंने जिहड़े बेटे ने उन्हों का हौसला देखिया कि उन्होंने माण है कि असी कि वंश हाँ है ना तो एक एक अद्धी वार गल भी उन्होंने नाल उसके बाद मेरी फोन के उत्ते किसी ने कराई सी तो वो जिहड़े चीज़ा ने आवाजा ने आवाज़ जिहड़ी आ सावर रेंदी दुनिया तक रहेगी उन्होंने आप सुनते रहेंगे जो भी उन्होंने याद आती है उन्होंने गीत आप सुन लईदे आ सो उन्होंने जिक्र करन दा मेरा मकसद यो कि उन्होंने कोई गीत जिहड़ा दिल नूं छूंदा होवे तुहाडे उस दीआं दो लाइनां जरूर सुनीए तुहाडे कोल मैं जरूर सुना जी सुरीले फनकार हुए ने वाकई तुहाडी गल सही है जिसम मर जांदा इंसान चला जाता पर उसकी आवाज वो हमेशा जिंदा रहनी है साबर भाजी साढ़े बीच ही रहने बाकी जिहड़े शागिर्द होंदे ने तुसीं कहा भी मैं ये समझदा सी कि वह बेटे ने फादर साहब दे ते शागिर्द जिहड़े होंदे ने वह बेटे ही होंदे ने बेटियां नालों भी वध के होंदे ने है ना ते चलो उन्हां दा जिक्र कीता मैं सुना दिंदा उन्हां वर्गा तां नहीं पर तारांबरा ते कोई कोई 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 साडे फिरे हंजू पूंजदा साडे फिरे हंजू पूंजदा तेरी भी तरोई हुई अख तेरी भी तो रोई हुई अख तेरी भी तो रोई हुई अख तेरी भी तो रोई हुई हाय अख तेरी भी तो रोई हुई अख तेरी भी तो रोई हुई बड़ी दूर किनारा है वे बड़ी दूर किनारा बड़ी दूर किनारा मैं थोड़ा जज्बाती जो हो गया जी 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 मैं देख सकता उन्होंने बड़ा उन्होंने बिताया बड़ी दूर किनारा बड़ी दूर किनारा छड के ना जावे सोने छड के ना जावे सोने सानू तेरा ही सहारा सानू तेरा ही सहारा सानू तेरा ही सहारा सानू तेरा ही सहारा हाय सानू तेरा ही सहारा सानू तेरा ही सहारा हाँ याद कराते सावर भाई जी मैं भी भावक हो जाता इंसान यादा जुड़िया रहिंदियां ने ते वेला ब्रेक एक ब्रेक ले लैने आ दर्शको इस तरह जुड़े रहे हो पेजी उन्हां नाल बहुत सारियां गल्लां करनियां ने बहुत सारियां साडियां यादा बाकी ने ते तुहाडे लई बहुत कुछ हैगा उन्हां कोल सुनाउण दे लई सो जायो किते ना जुड़े रहो साडे नाल वेला हो चलिया ब्रेक दा मिलदे आ ब्रेक तों बाद सत श्री अकाल दर्शको स्वागत है एक बार फिर ब्रेक तों बाद प्रोग्राम दिल दीआं गल्लां दे विच दिल दीआं गल्लां तुहाडे रूबरू कर रहे हैं तो जिस दे विच कुछ जज्बाती गल्लां भी ने कुछ एंटरटेनमेंट दीआं गल्लां भी ने कुछ
ਯਾਦਾਂ ਵੀ ਨੇ ਜਿਸ ਤਰ੍ਹਾਂ ਪ੍ਰੋਗਰਾਮ ਦਾ ਨਾਂ ਆ ਦਿਲ ਦੀਆਂ ਗੱਲਾਂ ਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਸਾਡੇ ਨਾਲ ਸੰਪਰਕ ਕਰਕੇ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਜਾਂ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੇ ਤੁਹਾਡਾ ਕੋਈ ਵੀ ਬਿਜ਼ਨਸ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰਮੋਸ਼ਨ ਹੈ ਕੋਈ ਈਵੈਂਟ ਹੈ ਤੁਹਾਡੇ ਅੰਦਰ ਕੋਈ ਟੈਲੈਂਟ ਹੈ ਤੁਹਾਡੇ ਅੰਦਰ ਕੋਈ ਖੂਬੀ ਹੈ ਜੋ ਕੁਛ ਵੀ ਤੁਸੀਂ ਪੂਰੀ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਹੋ ਇੱਕੋ ਇੱਕ ਤਰੀਕਾ ਸਾਡੇ ਨਾਲ ਸੰਪਰਕ ਕਰਕੇ ਆਪਣਾ ਕੋਈ ਵੀ ਬਿਜ਼ਨਸ ਹੈ ਕੋਈ ਵੀ ਟੈਲੈਂਟ ਆ ਈਵਨ ਤੁਸੀਂ ਜੇ ਮਾਰਕੀਟਿੰਗ ਦਾ ਵੀ ਸ਼ੌਂਕ ਰੱਖਦੇ ਹੋ ਕਿਸੇ ਤਰੀਕੇ ਦਾ ਵੀ ਹੈ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਅਤੇ ਜਸ ਪਰਿਵਾਰ ਦਾ ਤੁਸੀਂ ਵੀ ਇੱਕ ਹਿੱਸਾ ਬਣ ਸਕਦੇ ਹੋ ਅਤੇ ਜਿਸ ਤਰ੍ਹਾਂ ਸਾਡੇ ਨਾਲ ਅੱਜ ਜੁੜੇ ਨੇ ਸਾਡੇ ਅੱਜ ਦੇ ਮਹਿਮਾਨ ਪੇਜੀ ਸ਼ਾਹਕੋਟੀ ਜੀ ਪੇਜੀ ਸ਼ਾਹਕੋਟੀ ਜੀ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਬ੍ਰੇਕ ਤੋਂ ਬਾਅਦ ਥੈਂਕ ਯੂ ਜੀ ਨਿਕ ਸਾਹਿਬ ਥੈਂਕ ਯੂ ਸੋ ਆਪਾਂ ਗੱਲਬਾਤ ਕਰ ਰਹੇ ਸੀਗੇ ਜਿੱਥੇ ਤੁਹਾਡੇ ਨਾਲ ਕਿ ਜਿੱਥੇ ਜਿਸ ਜਿਹੜੀਆਂ ਯਾਦਾਂ ਹੁੰਦੀਆਂ ਨੇ ਉਹ ਜਜ਼ਬਾਤੀ ਕਰ ਦਿੰਦੀਆਂ ਨੇ ਸਾਨੂੰ ਕਿਉਂਕਿ ਤੁਸੀਂ ਕਿਉਂ ਯਾਦਾਂ ਦੇ ਉੱਤੇ ਗੀਤ ਵੀ ਸੁਣਾਇਆ ਤਾਂ ਉਸ ਯਾਦ ਗੀਤ ਤੋਂ ਹੀ ਮੇਰੇ ਦਿਮਾਗ ਦੇ ਵਿੱਚ ਕਿਉਂਕਿ ਜਦੋਂ ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀ ਕਿ ਪਰਿਵਾਰ ਦਾ ਹਿੱਸਾ ਆਪਾਂ ਉਹਨਾਂ ਨੂੰ ਸਮਝਦੇ ਸੀਗੇ ਤੇ ਸੀਗੇ ਵੀ ਕਿਉਂਕਿ ਅਕਸਰ ਮਿਲਦੇ ਰਹੇ ਆ ਵਿਚਰਦੇ ਰਹੇ ਆ ਸੋ ਉਹ ਐਕਚੁਅਲੀ ਬਾਟ ਸਾਹਿਬ ਡੈਡੀ ਜੀ ਦੇ ਕੋਲ ਸੋਰੀ ਮੈਂ ਤੁਹਾਡੀ ਗੱਲ ਕੱਟੀ ਮਾਫੀ ਚਾਹੁੰਦਾ ਐਕਚੁਅਲੀ ਡੈਡੀ ਜੀ ਦੇ ਕੋਲ ਸਾਬਰ ਭਾਜੀ ਜਾਂ ਹੰਸ ਭਾਜੀ ਉਹ ਸਾਡੇ ਤੋਂ ਵੀ ਪਹਿਲਾਂ ਜੋ ਅਸੀਂ ਪੈਦਾ ਵੀ ਨਹੀਂ ਸੀ ਹੋਏ ਮਤਲਬ ਬਹੁਤ ਛੋਟੀ ਉਮਰ ਦੇ ਵਿੱਚ ਉਹ ਡੈਡੀ ਜੀ ਦੇ ਕੋਲ ਹੀ ਆ ਗਏ ਔਰ ਜ਼ਿੰਦਗੀ ਦੇ ਸਾਬਰ ਭਾਜੀ ਨੇ 15-20 ਸਾਲ ਜਿਹੜੇ ਡੈਡੀ ਜੀ ਦੇ ਕੋਲ ਹੀ ਗੁਜ਼ਾਰੇ ਹਾਂਜੀ ਹਾਂਜੀ ਔਰ ਹੰਸ ਭਾਜੀ ਨੇ ਵੀ ਇੱਦਾਂ ਹੀ ਜ਼ਿਆਦਾ ਟਾਈਮ ਗੁਜ਼ਾਰਿਆ ਸੋ ਉਹ ਫਿਰ ਉਹ ਟਾਈਮ ਯਾਦ ਆਉਂਦਾ ਸਾਡੇ ਹੁੰਦਿਆਂ ਵੀ ਉਹ ਵੇਖਦੇ ਰਹੇ ਸੀ ਮਾਹੌਲ ਸਾਰਾ ਜੀ ਹਾਂਜੀ ਹਾਂਜੀ ਬਿਲਕੁਲ ਤੇ ਉਸ ਜਿਹੜੀ ਚੀਜ਼ ਆ ਤੇ ਉਸਦੇ ਨਾਲ ਮੈਂ ਇੱਕ ਹੋਰ ਮੇਰੇ ਦਿਮਾਗ 'ਚ ਗੱਲ ਆ ਰਹੀ ਸੀ ਕਿ ਆਪਾਂ ਮਿਲਦੇ ਹਾਂ ਇੰਟਰਵਿਊ ਕਰਦੇ ਹਾਂ ਕਈਆਂ ਪ੍ਰੋਗਰਾਮਾਂ 'ਚ ਮੇਲਿਆਂ ਦੇ ਵਿੱਚ ਅਸੀਂ ਜਾਂਦੇ ਹੁੰਦੇ ਸੀਗੇ ਤੇ ਜਿੱਥੇ ਤੁਸੀਂ ਦੱਸਿਆ ਤੁਹਾਡੇ ਤੁਸੀਂ ਰਿਧਮ ਦੇ ਨਾਲ ਜੁੜੇ ਸੀਗੇ ਤੇ ਮੈਂ ਨਾਂ ਲੈਣ ਤੋਂ ਪਹਿਲਾਂ ਤੁਹਾਡੇ ਦਿਮਾਗ ਦੇ ਵਿੱਚ ਨਾਂ ਆ ਜਾਏਗਾ ਆਲਰੇਡੀ ਮੈਂ ਕਿਹਨਾਂ ਦੀ ਗੱਲ ਕਰਨ ਲੱਗਾ ਹਾਂ ਉਹ ਵੀ ਰਿਧਮ ਦੇ ਨਾਲ ਜੁੜੇ ਸੀਗੇ ਕਾਫੀ ਤੇ ਉਹ ਗਾਉਂਦੇ ਵੀ ਸੀ ਮੈਨੂੰ ਨਹੀਂ ਸੀ ਪਤਾ ਕਿ ਉਹ ਵੀ ਗਾਉਂਦੇ ਵੀ ਨੇ ਸੋ ਇੱਕ ਜਗ੍ਹਾ ਗਏ ਸੀ ਮੇਲਾ ਸੀਗਾ ਕਾਫੀ ਵੱਡਾ ਤੇ ਮੇਲਾ ਭਰਿਆ ਸੀਗਾ ਤੇ ਉਹ ਸਾਹਮਣੇ ਢੋਲਕ ਵਜਾ ਰਹੇ ਸੀ ਤੇ ਸਰਦੂਲ ਭਾਜੀ ਗਾ ਰਹੇ ਸੀਗੇ ਤੇ ਜਦੋਂ ਸਰਦੂਲ ਭਾਜੀ ਨੇ ਗਾਇਆ ਤਾਂ ਬਾਅਦ ਦੇ ਵਿੱਚ ਉਹਨਾਂ ਨੇ ਵੀ ਗੀਤ ਗਾਉਣੇ ਸੀਗੇ ਮੈਨੂੰ ਨਹੀਂ ਸੀ ਪਤਾ ਵੀ ਉਹ ਵੀ ਗਾਉਂਦੇ ਨੇ ਤੇ ਉਹ ਫਿਰ ਉਹ ਇੱਕ ਹੋਰ ਮੁੰਡਾ ਆ ਕੇ ਢੋਲਕ 'ਤੇ ਬਹਿ ਗਿਆ ਅਤੇ ਉਹ ਆ ਕੇ ਗਾਉਣ ਲੱਗ ਪਏ ਅਤੇ ਮੈਂ ਕਿਹਾ ਯਾਰ ਕਿਉਂਕਿ ਤੁਸੀਂ ਛੋਟੇ ਸੀਗੇ ਤੁਹਾਨੂੰ ਪਤਾ ਨਹੀਂ ਸੀ ਮੈਂ ਕਿਹਾ ਯਾਰ ਢੋਲਕ ਵਜਾਉਣ ਵਾਲੇ ਬੰਦੇ ਵੀ ਗਾ ਲੈਂਦੇ ਆ ਲਾਈਕ ਰਿਧਮ ਵਾਲੇ ਬੰਦੇ ਵੀ ਗਾ ਲੈਂਦੇ ਆ ਰਿਧਮ ਤੋਂ ਬੜੀ ਦੁਨੀਆ ਬੜੀ ਬਹੁਤ ਆਈ ਹੈ ਇੱਧਰ ਰਿਧਮ ਹਾਂਜੀ ਹਾਂਜੀ ਸੋ ਮੈਂ ਗੱਲ ਕਰ ਰਿਹਾ ਸੀਗਾ ਨਾਂ ਮੇਰੇ ਦਿਮਾਗ 'ਚੋਂ ਨਿਕਲ ਗਿਆ ਸਰਦੂਲ ਭਾਜੀ ਦੇ ਨਾਲ ਹੁੰਦੇ ਸੀਗੇ ਬੂਟਾ ਮੁਹੰਮਦ ਜੀ ਹਾਂ ਮੁਹੰਮਦ ਬੂਟਾ ਖਾਨ ਜੀ ਹੁਣੀ ਜੀ ਜੀ ਬੜੇ ਬਾਕਮਾਲ ਪਰਫਾਰਮਰ ਨੇ ਔਰ ਪਰਫਾਰਮਰ ਬੜੇ ਬਾਕਮਾਲ ਨੇ ਜੀ ਜੀ ਸੋ ਮੈਂ ਉੱਥੇ ਲਾਈਕ ਛੋਟੇ ਹੁੰਦੇ ਆਪਾਂ ਜਿੱਦਾਂ 10th, 11th, 12th ਦੇ ਸਾਨੂੰ ਇੰਨਾ ਨਹੀਂ ਸੀ ਪਤਾ ਹੈ ਨਾ ਕਿ ਫਿਰ ਮੈਂ ਫਿਰ ਜਦੋਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਅਸੀਂ ਚੰਡੀਗੜ੍ਹ ਆ ਗਏ ਸਟੂਡੀਓ ਜਾਣ ਲੱਗ ਪਏ ਤਾਂ ਅਸੀਂ ਉੱਥੇ ਦੇਖਣਾ ਕਿ ਸਟੂਡੀਓ ਦੇ ਵਿੱਚ ਜਿਹੜੇ ਆਪਣੇ ਮਿਊਜ਼ੀਸ਼ੀਅਨ ਜਦੋਂ ਕੋਰਸ ਕਰਨਾ ਉਹਨਾਂ ਨੇ ਉਹ ਮਿਊਜ਼ੀਸ਼ੀਅਨਸ ਨੇ ਬਾਅਦ ਵਿੱਚ ਕੋਰਸ ਵੀ ਕਰਨਾ ਤੇ ਫਿਰ ਹੌਲੀ ਹੌਲੀ ਸਮਝ ਆਉਣ ਲੱਗ ਗਈ ਕਿ ਜੀ ਜੀ ਔਰ ਮੈਂ ਬੜਾ ਹੈਰਾਨ ਹੋ ਰਿਹਾ ਕਿ ਜਿਹੜੀਆਂ ਮਿਊਜ਼ਿਕ ਦੀਆਂ ਬਰੀਕੀ ਵਾਲੀਆਂ ਗੱਲਾਂ ਨੇ ਉਹ ਤੁਸੀਂ ਬੜੀ ਅੱਛੇ ਤਰੀਕੇ ਨਾਲ ਸੁਣਾ ਰਹੇ ਹੋ ਬੋਲ ਰਹੇ ਹੋ ਕਹਿ ਰਹੇ ਹੋ ਮੈਂ ਹੈਰਾਨ ਹੋ ਰਿਹਾ ਕਿ ਮਤਲਬ ਯਾਰ ਇੱਕ ਕਿ ਇਹ ਅਲੱਗ ਤਰੀਕੇ ਦੀ ਇੱਕ ਪੜ੍ਹਾਈ ਹੈ ਅਲੱਗ ਤਰੀਕੇ ਦੀ ਇੱਕ ਸਮਝ ਹੈ ਜਿਹੜੀ ਕਿਸੇ ਕਿਸੇ ਨੂੰ ਪਤਾ ਔਰ ਤੁਸੀਂ ਬੜੇ ਅੱਛੇ ਤਰੀਕੇ ਨਾਲ ਗੱਲਾਂ ਕਰ ਰਹੇ ਹੋ ਕਿ ਭਾਜੀ ਏਦਾਂ 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 ਮੈਨੂੰ ਬੜੀ ਹੈਰਾਨੀ ਹੋ ਰਹੀ ਹੈ ਔਰ ਤੁਸੀਂ ਬਰੀਕੀਆਂ ਨੂੰ ਜਾਣਦੇ ਕਿਉਂਕਿ ਹਾਂਜੀ ਉਹ ਜਿਹੜਾ ਇੱਕ ਦੌਰ ਸੀਗਾ ਉੱਥੇ ਕੀ ਹੁੰਦਾ ਸੀਗਾ ਕਿ ਅਸੀਂ ਨਵੇਂ ਨਵੇਂ ਸਟੇਜ ਤੇ ਚੜ੍ਹਨਾ ਸ਼ੁਰੂ ਕੀਤਾ ਸੀ ਤੇ ਮੇਲਿਆਂ ਦੇ ਵਿੱਚ ਸਾਨੂੰ ਆਸ਼ਾ ਸ਼ਰਮਾ ਜੀ ਉਦੋਂ ਹੁੰਦੇ ਸੀਗੇ ਮੇਨ ਬਿਲਕੁਲ ਹਾਂਜੀ ਹੁਣ ਕੈਲੀਫੋਰਨੀਆ ਜੀ ਤਾਂ ਉਹ ਹਾਂਜੀ ਤੇ ਉਹ ਸਾਡੇ ਵਿੱਚ ਸਾਨੂੰ ਵੀ ਰੱਬ ਨੇ ਥੋੜਾ ਬਹੁਤ ਦਿੱਤਾ ਸੀ ਕੁਛ ਮਿਮਿਕਰੀ ਕਰ ਲਈ ਸੀ ਜਾਂ ਕਦੀ ਭੰਡ ਬਣਨਾ ਜਾਂ ਮੇਹਰ ਮਿੱਤਲ ਸਾਹਿਬ ਦੀ ਜਾਂ ਹੋਰ ਕੁਛ ਕਰਨਾ ਤੇ ਉਹ ਚੀਜ਼ਾਂ ਜਿਹੜੀਆਂ ਮੈਂ ਗੱਲਾਂ ਦੱਸ ਰਿਹਾ ਤੁਹਾਨੂੰ ਸ਼ਾਇਦ ਕਿਤੇ ਨਾ ਕਿਤੇ ਤਸਵੀਰ ਯਾਦ ਆ ਜਾਏ ਬਿਲਕੁਲ ਪਤਲਾ ਜਿਹਾ ਹੁੰਦਾ ਸੀ ਮੈਂ ਤਾਂ ਉਹ ਵੱਖਰੇ ਵੱਖਰੇ ਉਹ ਕਰਨੀਆਂ ਤੇ ਉਹ ਕੀ ਹੁੰਦਾ ਸੀਗਾ ਕਿ ਸਾਨੂੰ ਟਾਈਮ ਮਿਲਣਾ ਹੁੰਦਾ ਸੀਗਾ 2-3-4-5 ਮਿੰਟ ਦਾ ਤੇ ਅਸੀਂ ਪਿੱਛੇ ਸਟੇਜ ਤੇ ਮਿਊਜ਼ੀਸ਼ੀਅਨ ਹੁੰਦੇ ਆ ਉਸ ਤੋਂ ਅੱਗੇ ਸਿੰਗਰ ਹੁੰਦਾ ਉਸਦੇ ਪਿੱਛੇ ਅਸੀਂ ਖੜੇ ਹੋ ਕੇ ਆਪਣੇ ਟਾਈਮ ਦੀ ਵੇਟ ਕਰਦੇ ਰਹਿੰਦੇ ਸੀਗੇ ਤੇ ਆਹ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਨਾ
ਅਸੀਂ ਜੇ 3 ਘੰਟੇ ਦਾ ਮੇਲਾ ਵਾ ਜੇ ਮੇਰੀ ਅਸੀਂ ਪਹਿਲਾਂ ਜਾ ਕੇ ਇੱਥੇ ਖੜ ਜਾਈਦਾ ਸੀਗਾ ਉੱਪਰ ਤੇ ਵੀ ਜਦੋਂ ਸਾਡਾ ਨੰਬਰ ਲੱਗਣਾ ਆ ਸੰਘਰਸ਼ ਉੱਥੇ ਦੇਖਦੇ ਰਹਿਣਾ ਤੇ ਫਿਰ ਬਹੁਤ ਸਾਰੇ ਜਿਹੜੇ ਕਿ ਸਾਰੇ ਯਾਰ ਦੋਸਤ ਬਣ ਗਏ ਫਿਰ ਇਹ ਵੀ ਹੁੰਦਾ ਸੀ ਇੱਥੇ ਖੜੇ ਹੋਣਾ ਤੇ ਆਪਾਂ ਪੁੱਛ ਲੈਣਾ ਵੀ ਪਾਣੀ ਚਾਹੀਦਾ ਕਿਸੇ ਨੂੰ ਕੁਛ ਚਾਹੀਦਾ ਵਾ ਆਪਣੇ ਜਿਹੜੇ ਸਾਜੀ ਵੀਰ ਸੀਗੇ ਉਹਨਾਂ ਨੂੰ ਲਿਆ ਕੇ ਜੋ ਵੀ ਚਾਹੀਦਾ ਹੋਣਾ ਉਹਨਾਂ ਨੂੰ ਦੇਣਾ ਤੇ ਉਹ ਫਿਰ ਉਸ ਤੋਂ ਬਾਅਦ ਦੇ ਵਿੱਚ ਕਿ ਉੱਥੇ ਖੜੇ ਹੋਣ ਕਰਕੇ ਉਹ 5-6 ਮਿੰਟ ਨੇ ਫਿਰ ਐਸਾ ਦੌਰ ਬਣਾਇਆ ਕਿ ਕਾਫੀ ਸਿੰਗਰਾਂ ਦੇ ਨਾਲ ਮੈਨੂੰ ਜਿੱਦਾਂ ਉਹਨਾਂ ਦੇ ਨਾਲ ਐਜ ਏ ਸਟੇਜ ਸੈਕਟਰੀ ਐਜ ਏ ਜਾਣਾ ਸ਼ੁਰੂ ਕਰ ਦਿੱਤਾ ਫਿਰ ਤੇ ਉਹ ਫਿਰ ਪਿੱਛੇ ਉਹਨਾਂ ਦੇ ਨਾਲ ਕੋਰਸ ਵੀ ਬੋਲਣਾ ਇੰਟਰੋਡਕਸ਼ਨ ਵੀ ਕਰਨੀ ਵਿੱਚ ਕਾਮੇਡੀ ਵੀ ਕਰਨੀ ਤੇ ਹੁਣ ਵੀ ਜਿਹੜਾ ਕੰਮ ਮੈਂ ਹੁਣ ਕਰ ਰਿਹਾ ਇੱਥੇ ਬਹਿ ਕੇ ਉਹ ਸੇਮ ਕੰਮ ਹੀ ਹੈ ਉਦੋਂ ਸਟੇਜਾਂ ਤੇ ਕਰੀਦਾ ਸੀ ਹੁਣ ਟੀਵੀ ਤੇ ਕਰ ਰਹੇ ਹਾਂ ਹਾਂਜੀ ਤੁਸੀਂ ਸੱਚੇ ਕਲਾਕਾਰ ਹੋ ਕਲਾਕਾਰ ਤਾਂ ਐਵੇਂ ਬਣਦਾ ਹੈ ਹਰ ਦੌਰ ਨੂੰ ਵੇਖਦਾ ਹੈ ਹਰ ਮਾਹੌਲ ਨੂੰ ਵੇਖਦਾ ਹੈ ਕਲਾਕਾਰ ਤੇ ਜੀ ਐਵੇਂ ਤੇ ਆਪਾਂ ਗੱਲ ਕਰਦੇ ਹਾਂ ਆਪਾਂ ਪਰਿਵਾਰ ਦੀ ਗੱਲ ਕੀਤੀ ਘਰ ਦੇ ਵਿੱਚ ਹੀ ਮਿਊਜ਼ਿਕ ਹੈਗਾ ਆ ਪਰ ਜਦੋਂ ਆਪਾਂ ਕੋਈ ਵੀ ਪ੍ਰੋਜੈਕਟ ਲੈ ਕੇ ਆਉਂਦੇ ਹਾਂ ਕੋਈ ਗੀਤ ਲੈ ਕੇ ਆਉਂਦੇ ਹਾਂ ਉਸ ਦੇ ਵਿੱਚ ਸਭ ਤੋਂ ਪਹਿਲਾਂ ਜੁੜੀ ਹੁੰਦੀ ਹੈ ਕਲਮ ਜਿਨ੍ਹਾਂ ਨੇ ਗੀਤ ਲਿਖਿਆ ਹੁੰਦਾ ਵਾ ਤੇ ਉਸ ਦੇ ਵਿੱਚ ਤੁਸੀਂ ਹੁਣ ਤੱਕ ਕਿਹੜੇ ਕਿਹੜੇ ਜਿਹੜੇ ਰਾਈਟਰ ਨੇ ਜਿਹੜੇ ਕਿਹੜੀ ਕਿਹੜੀ ਕਲਮ ਤੁਹਾਡੀ ਆਵਾਜ਼ ਦੇ ਨਾਲ ਜੁੜੀ ਹੈ ਮੇਰੀ ਆਵਾਜ਼ ਨਾਲ ਮੈਂ ਐਕਚੁਅਲੀ ਉਹਨਾਂ ਦੀ ਕਲਮ ਦੇ ਨਾਲ ਜੁੜਿਆ ਜੀ ਕਿਉਂਕਿ ਸ਼ਬਦ ਪ੍ਰਧਾਨ ਹੈ ਜੀ ਜੀ ਪਹਿਲੇ ਤਾਂ ਸ਼ਬਦ ਉਸ ਤੋਂ ਬਾਅਦ ਮੈਂ ਗਾਇਆ ਜੀ ਕਾਫੀ ਮੈਂ ਮੈਨੂੰ ਮੇਰਾ ਆਗਾਜ਼ ਹੁਣੀ ਸ਼ੁਰੂ ਹੋਇਆ ਥੋੜਾ ਆਗਾਜ਼ ਮੈਂ ਹੁਣੀ ਕੀਤਾ ਤੇ ਸਿੰਗਿੰਗ ਲਾਈਨ ਵਾਲਾ ਹੈ ਜਿਹੜਾ ਕਿਉਂਕਿ ਆਪਾਂ ਜਦੋਂ ਗੱਲ ਕਰਦੇ ਹਾਂ ਕਿਸੇ ਵੀ ਸਿੰਗਰ ਦੇ ਨਾਲ ਬਹੁਤ ਸਾਰੇ ਸਿੰਗਰ ਨੇ ਜਿਹੜੇ ਕਿ ਖੁਦ ਵੀ ਲਿਖ ਲੈਂਦੇ ਨੇ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਤੇ ਬਹੁਤ ਸਾਰੇ ਜਿਹੜੇ ਸਾਡੇ ਰਾਈਟਰ ਵੀਰ ਜਿਹੜੇ ਲਿਖਦੇ ਸੀ ਪਹਿਲਾਂ ਉਹ ਹੁਣ ਗਾਇਕੀ ਵੱਲ ਵੀ ਆ ਗਏ ਨੇ ਤੇ ਉਸ ਦੇ ਵਿੱਚ ਜਿਸ ਤੇ ਕਿ ਆਪਾਂ ਜਿਸ ਤਰ੍ਹਾਂ ਇਹਨਾਂ ਦੇ ਨਾਲ ਗੱਲ ਕਰ ਰਹੇ ਹਾਂ ਪੇਜੀ ਸ਼ਾਹ ਕੋਟੀ ਹੁਣਾਂ ਦੇ ਨਾਲ ਕਿ ਇੱਕ ਸਿੰਗਰ ਦੇ ਨਾਲ ਇੱਕ ਰਾਈਟਰ ਦਾ ਇੱਕ ਕਲਮ ਦਾ ਬਹੁਤ ਡੂੰਘਾ ਰਿਸ਼ਤਾ ਹੁੰਦਾ ਆ ਕਿ ਪਹਿਲਾਂ ਸ਼ਬਦ ਲਿਖੇ ਜਾਂਦੇ ਨੇ ਇੱਕ ਲਾਈਨਾਂ ਲਿਖੀਆਂ ਜਾਂਦੀਆਂ ਨੇ ਉਹਦੀ ਕੰਪੋਜੀਸ਼ਨ ਬਣਦੀ ਹੈ ਕੰਪੋਜੀਸ਼ਨ ਤੋਂ ਬਾਅਦ ਫਿਰ ਇੱਕ ਪੂਰਾ ਗੀਤ ਬਣਦਾ ਆ ਤੇ ਫਿਰ ਉਹ ਗੀਤ ਜਿਹੜਾ ਆ ਮਿਊਜ਼ਿਕ ਦੇ ਵਿੱਚ ਢਲ ਕੇ ਫਿਰ ਸਾਡੇ ਤੱਕ ਪਹੁੰਚਦਾ ਆ ਸਾਡੇ ਨਾਲ ਅੱਜ ਜਿਹੜੇ ਸਾਡੇ ਮਹਿਮਾਨ ਜੁੜੇ ਨੇ ਪੇਜੀ ਸ਼ਾਹ ਕੋਟੀ ਜੀ ਤੇ ਪੇਜੀ ਸ਼ਾਹ ਕੋਟੀ ਜੀ ਦੀ ਜਿੱਥੇ ਆਪਾਂ ਗੱਲਬਾਤ ਕੀਤੀ ਆ ਕਿ ਉਹ ਕਿਹੜੀ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਪੂਰਨ ਸ਼ਾਹ ਕੋਟੀ ਹੁਣਾਂ ਦੀ ਜਦੋਂ ਗੱਲ ਕਰਦੇ ਹਾਂ ਤੇ ਆਪ ਮੁਹਾਰੇ ਇੱਕ ਨਾਂ ਆ ਜਾਂਦਾ ਆ ਮਾਸਟਰ ਸਲੀਮ ਹੁਣਾਂ ਦਾ ਜਿਹੜੇ ਕਿ ਉਹਨਾਂ ਦੇ ਵੱਡੇ ਬੇਟੇ ਨੇ ਤੇ ਉਹਨਾਂ ਦੇ ਛੋਟੇ ਬੇਟੇ ਨੇ ਪੇਜੀ ਸ਼ਾਹ ਕੋਟੀ ਜੀ ਤੇ ਇਹ ਜਿਸ ਤਰ੍ਹਾਂ ਇੰਟਰੋਡਕਸ਼ਨ ਦੇ ਵਿੱਚ ਮੈਂ ਦੱਸਿਆ ਸੀਗਾ ਕਿ ਇਹ ਇਹਨਾਂ ਦੇ ਉੱਪਰ ਇੱਕ ਰੱਬ ਦੀ ਬਲੈਸਿੰਗ ਹੈਗੀ ਆ ਕਿ ਜਿਹੜਾ ਕਿ ਇਸ ਇੱਕ ਪਰਿਵਾਰ ਦੇ ਵਿੱਚ ਇੰਨਾ ਵੱਡਾ ਹੁਨਰ ਇੱਕ ਪੂਰੀ ਟੀਮ ਜਿਸ ਤਰ੍ਹਾਂ ਤੁਸੀਂ ਲਗਾ ਲਓ ਜਿਸ ਤਰ੍ਹਾਂ ਆਪਾਂ ਦੱਸ ਵੀ ਸਹਿ ਰਹੇ ਸੀਗੇ ਕਿ ਉਹਨਾਂ ਦਾ ਰਿਦਮ ਦੇ ਨਾਲ ਜੁੜੇ ਸੀ ਸ਼ੁਰੂਆਤ ਉਹਨਾਂ ਨੇ ਰਿਦਮ ਤੋਂ ਕੀਤੀ ਜਿੱਥੇ ਉਹ ਢੋਲਕ ਤਬਲਾ ਜਾਂ ਹੋਰ ਰਿਦਮ ਦੇ ਨਾਲ ਜੁੜੇ ਸੀਗੇ ਹਰ ਲਾਈਕ ਸਾਥ ਦਿੰਦੇ ਸੀਗੇ ਆਪਣੇ ਫਾਦਰ ਸਾਹਿਬ ਦਾ ਅਤੇ ਆਪਣੇ ਬ੍ਰਦਰ ਦਾ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਵਿੱਚ ਸ਼ੋਆਂ ਦੇ ਵਿੱਚ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਨੇ ਪਰਫੋਰਮ ਕੀਤਾ ਆ ਅਤੇ ਅੱਜ ਸਾਡੇ ਨਾਲ ਜੁੜੇ ਨੇ ਸਾਡਾ ਇੱਕ ਮਹਿਮਾਨ ਬਣ ਕੇ ਤੁਹਾਡੇ ਮਨੋਰੰਜਨ ਦੇ ਲਈ ਜਸ ਪਰਿਵਾਰ ਦਾ ਇੱਕ ਹਿੱਸਾ ਬਣ ਕੇ ਸੋ ਸਵਾਗਤ ਕਰਦੇ ਹਾਂ ਆਪਾਂ ਪੇਜੀ ਸ਼ਾਹ ਕੋਟੀ ਹੁਣਾਂ ਦਾ ਬ੍ਰੇਕ ਤੋਂ ਬਾਅਦ ਜੀ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਹਾਂਜੀ ਹਾਂਜੀ ਜੀ ਹਾਂਜੀ ਬਾਟ ਸਾਹਿਬ ਸੋਰੀ ਥੋੜੀ ਟੈਕਨੀਕਲੀ ਪ੍ਰੋਬਲਮ ਸੀ ਜੀ ਜੀ ਹਾਂਜੀ ਹਾਂਜੀ ਸਵਾਗਤ ਹੈ ਤੁਹਾਡਾ ਬ੍ਰੇਕ ਤੋਂ ਬਾਅਦ ਪੇਜੀ ਜੀ ਤੇ ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਰਹੇ ਸੀਗੇ ਤੇ ਆਪਾਂ ਇੱਕ ਗੀਤ ਜ਼ਰੂਰ ਸੁਣਾਂਗੇ ਜੇ ਇੱਕ ਬ੍ਰੇਕ ਤੋਂ ਬਾਅਦ ਜਿਹੜਾ ਉੱਥੋਂ ਸ਼ੁਰੂਆਤ ਕਰਦੇ ਹਾਂ ਅੱਗੇ ਗੱਲਬਾਤ ਦੀ ਜੀ ਜੀ ਇੱਕ ਮੈਂ ਗਾਣਾ ਗਾਇਆ ਸੀ ਜੀ ਡੁਇਟ ਸੌਂਗ ਮੈਂ ਔਰ ਰੁਪਿੰਦਰ ਹਾਂਡਾ ਜੀ ਨੇ ਉਹਨਾਂ ਨੇ ਉਹ ਮੈਂ ਚਾਹੁੰਦਾ ਵੀ ਥੋੜਾ ਹਨਾ ਜੀ ਔਰ ਇਹਦੇ ਨਾਲ ਮੈਂ ਚਾਹੁੰਦਾ ਕਿ ਅਗਰ ਤੁਹਾਡੀ ਮਿੱਠੀ ਜੀ ਨਾਲ ਤਾੜੀ ਹੋ ਜਾਵੇ ਤੇ ਮਜ਼ਾ ਆ ਜਾਏਗਾ ਜੀ 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 ਨੇੜੇ ਨੇੜੇ ਆ ਜਾ ਸੁਣ ਬੱਲੀਏ ਕਾਤੋਂ ਦੂਰ ਖੜੀ ਜਾਵੇਂ ਸ਼ਰਮਾਈ
ਨੇੜੇ ਨੇੜੇ ਆ ਜਾ ਸੁਣ ਬੱਲੀਏ ਕਾ ਤੋ ਦੂਰ ਖੜੀ ਜਾਵੇ ਸ਼ਰਮਾਈ ਉਹ ਮਿੱਤਰਾਂ ਨੇ ਮਿੱਤਰਾਂ ਨੇ ਤੇਰੇ ਨਾਲ ਨੱਚਣਾ ਨੀ ਅਸੀਂ ਮੁੰਡਿਆਂ ਚ ਸ਼ਰਤ ਲਗਾਈ ਨੇੜੇ ਨੇੜੇ ਆ ਜਾ ਸੁਣ ਬੱਲੀਏ ਕਾ ਤੋ ਦੂਰ ਖੜੀ ਜਾਵੇ ਸ਼ਰਮਾਈ ਇਹ ਮੈਂ ਗਾਇਆ ਸੀ ਜੀ ਡੁਇਟ ਸੌਂਗ ਮੈਂ ਔਰ ਰੁਪਿੰਦਰ ਹਾਂਡਾ ਜੀ ਨੇ ਔਰ ਮੰਗੀ ਮਾਲ ਜੀ ਨੇ ਲਿਖਿਆ ਸੀ ਇਹ ਗਾਣਾ ਜੀ ਸੋ ਆਪਾਂ ਪੇਜੀ ਜੀ ਗੱਲ ਕਰ ਰਹੇ ਸੀਗੇ ਕਲਮ ਦੀ ਕਿ ਪੇਜੀ ਸ਼ਾਹ ਕੋਟੀ ਦੇ ਆਵਾਜ਼ ਨਾਲ ਕਿਹੜੀ ਕਿਹੜੀ ਕਲਮ ਜੁੜੀ ਹੈ ਜਾਂ ਪੇਜੀ ਸ਼ਾਹ ਕੋਟੀ ਕਿਹੜੀ ਕਿਹੜੀ ਕਲਮ ਦੇ ਨਾਲ ਜੁੜਿਆ ਹਾਂਜੀ ਸਰ ਮੈਂ ਇੱਕ ਬਹੁਤ ਹੀ ਅੱਛੇ ਰਾਈਟਰ ਨੇ ਸਾਡੇ ਹਰਜਿੰਦਰ ਬੱਲ ਜੀ ਜੀ ਉਹਨਾਂ ਦੀ ਕਲਮ 'ਚ ਵੀ ਮੈਂ ਇੱਕ ਦੋ ਗਾਣੇ ਗਾਏ ਨੇ ਔਰ ਸਾਡੇ ਇੱਕ ਮੇਰਾ ਜਿਹੜਾ ਗਾਣਾ ਮੈਂ ਤੁਹਾਨੂੰ ਸੁਣਾਇਆ ਦਿਲਾ ਮਰ ਜਾਣਿਆ ਇਹ ਪਾਕਿਸਤਾਨ ਤੋਂ ਨੇ ਆਪਣਾ ਅਖਤਰ ਜੀ ਉਹਨਾਂ ਦਾ ਨਾਮ ਹੈ ਅਖਤਰ ਅਲੀ ਉਹਨਾਂ ਨੇ ਲਿਖਿਆ ਹੋਇਆ ਇਹ ਵੀ ਗਾਇਆ ਔਰ ਇੱਕ ਮੇਰਾ ਗਾਣਾ ਜਿਹੜਾ ਮੈਂ ਤੁਹਾਨੂੰ ਸੁਣਾਇਆ ਮੈਨੂੰ ਰਹਿਣ ਉਡੀਕਾਂ ਤੇਰੀਆਂ ਇਹ ਸ਼ਾਇਰ ਸੀ ਹੁਣ ਤਾਂ ਚਲੋ ਆਪਣੇ ਵਿੱਚ ਨਹੀਂ ਹੈਗੇ ਨੇ ਬਟ ਉਹਨਾਂ ਨੇ ਬੜਾ ਅੱਛਾ ਲਿਖਿਆ ਸੀ ਸਤਨਾਮ ਸੋਹੀ ਉਹਨਾਂ ਦਾ ਨਾਮ ਸੀ ਔਰ ਕੁਲਵੰਤ ਗੁਰਾਇਆ ਸਰਜੀਵਨ ਜੀ ਕਾਫੀ ਕਾਫੀ ਅੱਛੇ ਅੱਛੇ ਸ਼ਾਇਰ ਜਿਹੜੇ ਅੱਛੇ ਲਿਖਦੇ ਨੇ ਉਹਨਾਂ ਦੇ ਗਾਣੇ ਗਾਏ ਨੇ ਮੈਂ ਜੀ ਹੋਰ ਵੀ ਕਿਉਂਕਿ ਮੰਗੀ ਮਾਲ ਉਹਨਾਂ ਦੇ ਵੀ ਦੋ ਗਾਣੇ ਗਾਏ ਜੀ ਕਿਉਂਕਿ ਉਸ ਦੇ ਵਿੱਚ ਹੁੰਦਾ ਆ ਕਿ ਜਦੋਂ ਆਪਾਂ ਗਾਇਕੀ ਦੀ ਗੱਲ ਕਰਦੇ ਹਾਂ ਤਾਂ ਗਾਉਣ ਵਾਸਤੇ ਗਾਣਾ ਜ਼ਰੂਰ ਚਾਹੀਦਾ ਹੁੰਦਾ ਆ ਤੇ ਜਾਂ ਤੇ ਆਪਾਂ ਕਹਿ ਦਿੰਦੇ ਹਾਂ ਕਿ ਇਹ ਲੋਕ ਗੀਤ ਆ ਲੋਕ ਤੱਥ ਨੇ ਜਾਂ ਇਤਿਹਾਸਕ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਜਿਸ ਦੇ ਵਿੱਚ ਆਪਾਂ ਕਈ ਚੀਜ਼ਾਂ ਲੈ ਲੈਂਦੇ ਹਾਂ ਜਿਸ ਤਰ੍ਹਾਂ ਹੀਰ ਰਾਂਝਾ ਸੱਸੀ ਪੁੰਨੂ ਉਹੋ ਜਿਹੀਆਂ ਗਾਥਾਂ ਵਾ ਤੇ ਵੀਰ ਰਸ ਵੀ ਹੁੰਦਾ ਤਾਂ ਜਿੱਥੇ ਆਪਾਂ ਕਮਰਸ਼ੀਅਲ ਫੀਲਡ ਦੇ ਵਿੱਚ ਜਦੋਂ ਆਉਂਦੇ ਹਾਂ ਤੇ ਉਹ ਗੀਤ ਜਿਹੜੇ ਦੌਰ ਦੇ ਜਿਹੜਾ ਚੱਲ ਰਹੇ ਮਾਹੌਲ ਦੇ ਹਿਸਾਬ ਨਾਲ ਜਿਹੜਾ ਦੌਰ ਚੱਲ ਰਿਹਾ ਹੁੰਦਾ ਉਸ ਦੇ ਹਿਸਾਬ ਨਾਲ ਉਹ ਗੀਤ ਚੇਂਜ ਹੁੰਦੇ ਰਹਿੰਦੇ ਨੇ ਜੀ ਤੇ ਬਿਲਕੁਲ ਜੀ ਤੇ ਉਸਦੇ ਵਿੱਚ ਜਿੱਥੇ ਗੀਤ ਚੇਂਜ ਹੁੰਦੇ ਨੇ ਸ਼ਬਦ ਚੇਂਜ ਹੁੰਦੇ ਨੇ ਉੱਥੇ ਮਿਊਜ਼ਿਕ ਵੀ ਸਮੇਂ ਦੇ ਹਿਸਾਬ ਦੇ ਨਾਲ ਚੇਂਜ ਹੁੰਦਾ ਰਹਿੰਦਾ ਆ ਤੇ ਮਿਊਜ਼ਿਕ ਤੇ ਤੁਹਾਡੇ ਘਰ ਦੇ ਵਿੱਚ ਹੈ ਤੇ ਜੇ ਆਪਾਂ ਗੱਲ ਕਰੀਏ ਕਿ ਜਦੋਂ ਆਪਾਂ ਕੋਈ ਵੀ ਪ੍ਰੋਜੈਕਟ ਕਰਦੇ ਹਾਂ ਕੋਈ ਗੀਤ ਨਵਾਂ ਪਹਿਲਾਂ ਤੇ ਪੂਰੀ ਐਲਬਮ ਕਰਦੇ ਸੀਗੇ ਪੂਰੀ ਕੈਸੈਟ ਹੁੰਦੀ ਸੀਗੀ ਪਰ ਜਿੱਥੋਂ ਤੁਸੀਂ ਕਹਿੰਦੇ ਰੀਸੈਂਟਲੀ ਜਿੱਦਾਂ ਤੁਸੀਂ ਇਸ ਫੀਲਡ ਦੇ ਵਿੱਚ ਦੁਬਾਰਾ ਤੋਂ ਐਜ਼ ਏ ਪ੍ਰੋਫੈਸ਼ਨ ਸਿੰਗਰ ਆਏ ਹੋ ਤੇ ਉਸ ਦੇ ਵਿੱਚ ਹੁਣ ਤੇ ਸਿੰਗਲਸ ਦਾ ਕਾਫੀ ਦੌਰ ਹੈਗਾ ਆ ਤੇ ਬਿਲਕੁਲ ਬਿਲਕੁਲ ਸਿੰਗਲ ਟਰੈਕ ਦਾ ਹਾਂਜੀ ਹਾਂਜੀ ਸਿੰਗਲ ਟਰੈਕ ਦਾ ਤੇ ਉਸਦੇ ਵਿੱਚ ਕੀ ਹੁੰਦਾ ਮੋਸਟਲੀ ਹਰ ਟਰੈਕ ਦੇ ਵਿੱਚ ਅੱਜ ਕੱਲ ਡਿਫਰੈਂਟ ਟਰੈਕ ਤੇ ਮਿਊਜ਼ਿਕ ਡਾਇਰੈਕਟਰ ਵੀ ਕਾਫੀ ਟਰੈਕ ਦੇ ਹਿਸਾਬ ਨਾਲ ਹੀ ਉਸ ਉਹਨਾਂ ਦੀ ਫੀਲ ਦੇ ਹਿਸਾਬ ਨਾਲ ਹੀ ਗਾਣੇ ਦੇ ਫੀਲ ਦੇ ਹਿਸਾਬ ਨਾਲ ਹੀ ਮਿਊਜ਼ਿਕ ਡਾਇਰੈਕਟਰ ਹੁੰਦੇ ਨੇ ਮੈਂ ਇੱਕ ਸਭ ਬੜਾ ਹੈਰਾਨ ਹੋ ਰਿਹਾ ਤੁਹਾਡੀਆਂ ਗੱਲਾਂ ਤੋਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਨਾ ਕਿ ਤੁਹਾਨੂੰ ਹਰ ਗੱਲ ਦੀ ਸਮਝ ਹੈ ਨੌਲੇਜ ਹੈ ਮੈਂ ਹੈਰਾਨ ਹਾਂ ਇਸ ਗੱਲੋਂ ਕਿ ਮਿਊਜ਼ਿਕ ਦੀਆਂ ਬਰੀਕੀਆਂ ਕਿ ਮਜੀਸ਼ੀਅਨਸ ਜਾਂ ਇਹ ਤਬਕਾ ਹੈਗਾ ਜਾਂ ਤੇ ਹੁਣ ਮੈਂ ਇਹ ਵੀ ਹੈਰਾਨ ਹੋਇਆ ਕਿ ਬਾਕੀ ਸਹੀ ਗੱਲ ਹੈ ਅਲੱਗ ਅਲੱਗ ਮਿਊਜ਼ਿਕ ਡਾਇਰੈਕਟਰ ਹੁੰਦੇ ਨੇ ਹਰ ਗਾਣੇ ਦੇ ਲਈ ਹੈ ਨਾ ਮਤਲਬ ਕਈ ਵੇਲੇ ਔਰ ਇਹਨਾਂ ਗੱਲਾਂ ਨੂੰ ਤੁਸੀਂ ਜਾਣਦੇ ਹੋ ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਜਿਹੜੀਆਂ ਮਿਊਜ਼ਿਕ ਦੀਆਂ ਮਤਲਬ ਬਰੀਕੀ ਵਾਲੀਆਂ ਗੱਲਾਂ ਹੁੰਦੀਆਂ ਨੇ ਉਹਨੂੰ ਤੁਸੀਂ ਅੱਛੇ ਤਰੀਕੇ ਨਾਲ ਬਾਖੂਬੀ ਜਾਣਦੇ ਮੈਨੂੰ ਅੱਛਾ ਲੱਗਾ ਕਿਆ ਸ਼ੁਕਰੀਆ ਤੇ ਉਸ ਦੇ ਵਿੱਚ ਮੇਰਾ ਇਸ ਦਾ ਮਕਸਦ ਇਹ ਸੀਗਾ ਕਿ ਉਸ ਦੇ ਵਿੱਚ ਜਿਹੜੇ ਮਿਊਜ਼ਿਕ ਡਾਇਰੈਕਟਰ ਕਿਉਂਕਿ ਜੇ ਮੈਂ ਪਿਛਲੇ ਦੌਰ ਦੀ ਗੱਲ ਕਰ ਦੇਵਾਂ ਤੇ ਜਿੱਥੇ ਮਾਸਟਰ ਸਲੀਮ ਹੁਣਾਂ ਦੀ ਗੱਲ ਕਰ ਦੇਵਾਂ ਉੱਥੇ ਤੇ ਮੈਨੂੰ ਯਾਦ ਹੈ ਕਿ ਸੁਰਿੰਦਰ ਬੱਚਨ ਹੁਣਾਂ ਤੋਂ ਸ਼ੁਰੂਆਤ ਹੁੰਦੀ ਹੈ ਉਹਨਾਂ ਦੀ ਤੇ ਉਸ ਦੇ ਬਾਅਦ ਦੇ ਵਿੱਚ ਫਿਰ ਅਤੁਲ ਸ਼ਰਮਾ ਜੀ ਹੋਰ ਕਾਫੀ ਚਰਨਜੀਤ ਆਹੂਜਾ ਜੀ ਕਾਫੀ ਮਿਊਜ਼ਿਕ ਡਾਇਰੈਕਟਰ ਉਹਨਾਂ ਦੇ ਨਾਲ ਜੁੜੇ ਤਾਂ ਉਸ ਤੋਂ ਬਾਅਦ ਜੇ ਆਪਾਂ ਤੁਹਾਡੀ ਗੱਲ ਕਰੀਏ ਤੇ ਤੁਸੀਂ ਕਿਹੜੇ ਕਿਹੜੇ ਮਿਊਜ਼ਿਕ ਡਾਇਰੈਕਟਰ ਉਹਨਾਂ ਦੇ ਨਾਲ ਹੁਣ ਤੱਕ ਕੰਮ ਕੀਤਾ ਸਰ ਮੈਂ ਸਚਿਨ ਆਹੂਜਾ ਭਾਜੀ ਉਹਨਾਂ ਦੇ ਨਾਲ ਕੀਤਾ ਗਾਣਾ ਜਿਹੜਾ ਉਡੀਕਾਂ ਗਾਣਾ ਤੁਸੀਂ ਹੁਣੇ ਜ਼ਿਕਰ ਕੀਤਾ ਆਹੂਜਾ ਸਾਹਿਬ ਦਾ ਬੜੀ ਦੇਣ ਹੈ ਪੰਜਾਬੀ ਮਿਊਜ਼ਿਕ ਨੂੰ ਉਹਨਾਂ ਦੀ ਔਰ ਪੰਜਾਬੀ ਮਿਊਜ਼ਿਕ ਨੂੰ ਬਹੁਤ ਉਹਨਾਂ ਨੇ ਅੱਛਾ ਅੱਛਾ ਅੱਛੇ ਗਾਣੇ ਦਿੱਤੇ ਨੇ ਬਹੁਤ ਜਿਹੜੇ ਅੱਜ ਵੀ ਆਪਾਂ ਸੁਣਦੇ ਹਾਂ ਤੇ ਤਰੋ ਤਾਜ਼ਾ ਨੇ ਨਵੇਂ ਨਵੇਂ ਗਾਣੇ ਨਵਾਂ ਹੀ ਆ ਗਾਣਾ ਉਹ ਜਿਹੜਾ ਜਦੋਂ ਆਪਾਂ ਉਹਨਾਂ ਤੋਂ ਸੁਣਦੇ ਹਾਂ ਤੇ ਉਹਨਾਂ ਦੇ ਬੇਟੇ ਆਹੂਜਾ ਸਾਹਿਬ ਆਪਣਾ ਸਚਿਨ ਆਹੂਜਾ ਜੀ ਉਹ ਵੀ ਅੱਜ ਕੱਲ੍ਹ ਦੇ ਚਰਚ ਮਿਊਜ਼ਿਕ ਡਾਇਰੈਕਟਰ ਨੇ ਯੂਥ ਦੇ ਅਕੋਰਡਿੰਗ ਕੰਮ ਕਰਦੇ ਨੇ ਉਹਨਾਂ ਦੇ ਨਾਲ ਮੈਂ ਗਾਣਾ ਕੀਤਾ ਸੀ ਜਿਹੜਾ ਉਡੀਕਾਂ ਤੁਹਾਨੂੰ ਸੁਣਾਇਆ ਮੈਨੂੰ ਰਹਿਣ ਉਡੀਕਾਂ ਤੇਰੀਆਂ ਔਰ ਇੱਕ ਹੋਰ ਕਮਾਲ ਦੀ ਗੱਲ ਹੈ ਕਿ
ਇਹਦੇ ਵਿੱਚ ਇੱਕ ਐਕਸਪੈਰੀਮੈਂਟ ਕੀਤਾ ਸੀ, ਹਾਲਾਂਕਿ ਉਹ ਮੇਰੇ ਦੋਸਤ ਇੱਕ ਬੰਬੇ ਤੋਂ ਆਏ, ਅੰਗਦ ਸਿੰਘ ਉਹਨਾਂ ਦਾ ਨਾਮ ਹੈ, ਤੇ ਉਹ ਇਹ ਗਾਣਾ ਸਾਡਾ ਸੈਡ ਸੀ, ਤੇ ਐਕਚੁਅਲੀ ਇਸ ਗਾਣੇ ਦੇ ਵਿੱਚ ਜਿਹੜੀ ਮਾਡਲ ਲਈ ਅੰਗਦ ਸਿੰਘ ਜੀ ਦੇ ਕਹਿਣ ਤੇ ਅਸੀਂ ਰਾਖੀ ਸਾਵਤ ਲਈ ਸੀ, ਔਰ ਮਿਊਜ਼ਿਕ ਡਾਇਰੈਕਟਰ ਜਿਹੜਾ ਲਿਆ ਸੀ ਲਏ ਸੀ ਆਪਣਾ ਓਹਜਾ ਸਾਹਿਬ, ਸਚਨ ਓਹਜਾ ਜੀ, ਇਹਨਾਂ ਨੇ ਉਹਨਾਂ ਨੇ ਆਪਣੀ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਇਸ ਗਾਣੇ ਨੂੰ, ਬੜਾ ਪਿਆਰ ਮਿਲਿਆ ਸੀ ਇੱਥੇ ਜੀ। ਇਹ ਗੀਤ ਮੈਂ ਹੁਣੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਇਹੋ ਗੀਤ ਮੈਂ ਦੇਖ ਰਿਹਾ ਸੀਗਾ, ਪਰ ਜਿਹੜੇ ਗੀਤ ਦਾ ਤੁਸੀਂ ਜ਼ਿਕਰ ਕੀਤਾ, ਤੁਸੀਂ ਬਹਿ ਕੇ ਗਾ ਰਹੇ ਅਣਕਾ ਲਾ ਕੇ, ਤੇ ਬਿਲਕੁਲ ਬਿਲਕੁਲ ਜੀ ਜੀ ਸੋ ਦੇ ਵਿੱਚ ਆਪਣੇ ਭੈਣ ਜੀ ਰਾਖੀ ਸਾਵੰਤ ਵੀ ਹੈਗੇ ਨੇ ਉਹਦੇ ਵਿੱਚ। ਹਾਂਜੀ 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 ਬਿਲਕੁਲ ਜੀ, ਸੋ ਉਹ ਮੇਰੇ ਅੰਗਦ ਭਰਾ ਦੀ ਸੀ, ਮੈਂ ਉਹਨਾਂ ਨੂੰ ਕਿਹਾ ਸੀ ਗਾਣਾ ਥੋੜਾ ਜਿਹਾ ਰਾਖੀ ਦੇ ਅਕੋਰਡਿੰਗ ਥੋੜਾ ਜਿਹਾ ਗਾਣਾ ਨਹੀਂ ਹੈ ਆਈਟਮ ਸੌਂਗ ਤੇ ਜਾਂ ਹੋਰ ਕਿਸੇ ਗਾਣੇ ਲਈ, ਕਿਉਂਕਿ ਹਰ ਬੰਦਾ ਆਪਣੇ ਆਪਣੇ ਕੰਮ ਦਾ ਹਰ ਬੰਦਾ ਕਿਸੇ ਕੰਮ ਲਈ ਸੂਟ ਕਰਦਾ ਹੁੰਦਾ ਨਾ ਜੀ ਜੀ, ਹੈ ਨਾ। ਹਾਂ ਤੇ ਉਹ ਹੈ, ਉਹ ਵੀ ਆਪਣੇ ਤਰ੍ਹਾਂ ਦੇ ਕਮਾਲ ਦੇ ਆਰਟਿਸਟ ਨੇ, ਉਹ ਵੀ ਆਪਣੇ ਤਰ੍ਹਾਂ ਦੇ ਜੀ ਜੀ, ਤੇ ਉਹ ਬਟ ਅੰਗਦ ਕਹਿੰਦਾ ਕਿ ਨਹੀਂ ਭਾਜੀ ਆਪਾਂ ਇਹ ਐਕਸਪੈਰੀਮੈਂਟ ਕਰਨਾ ਹੈ ਨਾ, ਸੋਚੋ ਲੋ ਜ਼ਿੰਦਗੀ ਦੇ ਵਿੱਚ ਐਕਸਪੈਰੀਮੈਂਟ ਹੁੰਦਾ, ਤੇ ਉਹਨਾਂ ਵਿੱਚੋਂ ਇੱਕ ਇਹ ਵੀ ਇੱਕ ਐਕਸਪੈਰੀਮੈਂਟ ਹੀ ਸੀ ਸਾਡਾ ਜੀ ਜੀ। ਉਹੀ ਮੈਂ ਇਸ ਤੋਂ ਪਹਿਲਾਂ ਗੱਲ ਕਰਕੇ ਹਟਿਆ ਸੀਗਾ ਕਿ ਜਿਹੜੇ ਆਡੀਅੰਸ ਦਾ ਟੇਸਟ ਜਿਹੜਾ ਹੈਗਾ, ਜਿਹੜਾ ਟਾਈਮ ਦੇ ਹਿਸਾਬ ਨਾਲ ਜਿੱਦਾਂ ਚੇਂਜ ਹੁੰਦਾ, ਤੇ ਉਹ ਕਿਤੇ ਨਾ ਕਿਤੇ ਜਦੋਂ ਆਪਾਂ ਕਮਰਸ਼ੀਅਲ ਹੁੰਦੇ ਹਾਂ ਤੇ ਕਮਰਸ਼ੀਅਲ ਫੀਲਡ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਅਪਣਾਉਣੀਆਂ ਪੈਂਦੀਆਂ ਨੇ, ਗੱਲਾਂ ਬਹੁਤ ਸਾਰੀਆਂ ਆਪਾਂ ਕਰਨੀਆਂ ਸੀਗੀਆਂ, ਗੀਤ ਵੀ ਬਹੁਤ ਸਾਰੇ ਸੁਣਨੇ ਸੀਗੇ, ਤੇ ਕੁਛ ਟੈਕਨੀਕੀ ਖਰਾਬੀ ਵੀ ਵਿੱਚ ਆ ਗਈ ਕਰਕੇ ਗੱਲਾਂ ਥੋੜੀਆਂ ਸਾਡੀਆਂ ਘੱਟ ਗਈਆਂ, ਤੇ ਸਮਾਂ ਵੀ ਕਿ ਦਿਲ ਦੀਆਂ ਗੱਲਾਂ ਨੇ ਦਿਲ ਚ ਕਿਉਂ ਰੱਖਣੀਆਂ, ਅਗਲੀ ਫਿਰ ਆਪਾਂ ਇੱਕ ਮੁਲਾਕਾਤ ਰੱਖ ਲਵਾਂਗੇ ਜੀ ਜ਼ਰੂਰ, ਕਿਉਂਕਿ ਮੈਂ ਹਰ ਪ੍ਰੋਗਰਾਮ ਦੇ ਵਿੱਚ ਮੇਰਾ ਹਮੇਸ਼ਾ ਹੁੰਦਾ ਵਾ ਕਿਸਾਨ ਭਰਾਵਾਂ ਬਾਰੇ ਵੀ ਮੈਂ ਗੱਲ ਕਰਦਾ ਹੁੰਦਾ ਵਾ, ਪਰ ਹੁਣ ਸਮਾਂ ਹੋ ਚੱਲਿਆ ਵਾ, ਤੇ ਜਾਂਦੇ ਜਾਂਦੇ ਛੋਟਾ ਜਿਹਾ ਮੈਸੇਜ ਸਾਡੇ ਦਰਸ਼ਕਾਂ ਨੂੰ ਦਿਓ ਤੇ ਫਿਰ ਉਸ ਤੋਂ ਬਾਅਦ ਲੈਣੇ ਆ ਇਜਾਜ਼ਤ। ਮੇਰਾ ਇਹੀ ਮੈਸੇਜ ਹੈ ਕਿ ਪਿਆਰ ਕਰੋ, ਅੱਛੇ ਮਿਊਜ਼ਿਕ ਨੂੰ ਪ੍ਰਮੋਟ ਕਰੋ, ਔਰ ਸਾਡੇ ਵਰਗੇ ਜਿਹੜੇ ਫਨਕਾਰ ਨੇ ਇਹਨਾਂ ਨੂੰ ਤੁਸੀਂ ਰੂਬਰੂ ਕਰਵਾਉਂਦੇ ਹੋ, ਤੁਹਾਡੀ ਬਹੁਤ ਮਿਹਰਬਾਨੀ, ਮੈਂ ਜਸ ਪੰਜਾਬੀ ਦਾ ਬੜਾ ਸ਼ੁਕਰਗੁਜ਼ਾਰ ਹਾਂ, ਔਰ ਦਿਲ ਦੀਆਂ ਗੱਲਾਂ ਜਿਹੜਾ ਪ੍ਰੋਗਰਾਮ ਹੈ ਇਹ ਬੜਾ ਖੂਬਸੂਰਤ ਪ੍ਰੋਗਰਾਮ ਹੈ, ਮੈਂ ਤੁਹਾਡਾ ਨਿੱਕ ਸਾਹਿਬ ਬੜਾ ਸ਼ੁਕਰਗੁਜ਼ਾਰ ਹੈ, ਸਾਰੀ ਟੀਮ ਦਾ ਬੜਾ ਸ਼ੁਕਰਗੁਜ਼ਾਰ ਹੈ ਕਿ ਜਿਨ੍ਹਾਂ ਨੇ ਇਸ ਪ੍ਰੋਗਰਾਮ 'ਚ ਮੈਨੂੰ ਮੌਕਾ ਬਖਸ਼ਿਆ ਆਉਣ ਦਾ, ਔਰ ਸਾਰਿਆਂ ਦੇ ਰੂਬਰੂ ਕਰਾਇਆ, ਤੁਹਾਡੀ ਬਹੁਤ ਮਿਹਰਬਾਨੀ, ਮੇਰੀ ਦਿਲੀ ਦੁਆ ਹੈ ਕਿ ਤੁਹਾਡਾ ਪ੍ਰੋਗਰਾਮ ਤੁਹਾਡਾ ਚੈਨਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ, ਇਹ ਮੇਰੀ ਦਿਲੀ ਦੁਆ ਹੈ, ਤੁਹਾਡੀ ਬਹੁਤ ਮਿਹਰਬਾਨੀ ਜੀ। ਦਰਸ਼ਕੋ ਸਮਾਂ ਹੋ ਚੱਲਿਆ ਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ, ਅਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਸਾਡੇ ਨਾਲ ਸੰਪਰਕ ਕਰਕੇ ਸਾਡੇ ਇਸ ਪ੍ਰੋਗਰਾਮ ਦਾ ਜਾਂ ਜਸ ਪਰਿਵਾਰ ਦਾ ਹਿੱਸਾ ਜੇ ਤੁਸੀਂ ਬਣਨਾ ਚਾਹੁੰਦੇ ਹੋ ਤਾਂ ਬਣ ਸਕਦੇ ਹੋ। ਸਾਡੇ ਨਾਲ ਅੱਜ ਜੁੜੇ ਸੀਗੇ ਸਾਡੇ ਛੋਟੇ ਵੀਰ ਪੇਜੀ ਸ਼ਾਹ ਕੋਟੀ ਜੀ, ਫਿਰ ਜ਼ਰੂਰ ਇਹਨਾਂ ਦੇ ਨਾਲ ਮੁਲਾਕਾਤ ਕਰਾਵਾਂਗੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਕਰਨੀਆਂ ਇਹਨਾਂ ਦੇ ਨਾਲ ਬਾਕੀ ਰਹਿ ਗਈਆਂ ਨੇ, ਅਤੇ ਹੋਰ ਵੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਦੁਬਾਰਾ ਗੱਲਬਾਤ ਕਰਨ ਦੀ ਅਤੇ ਤੁਹਾਡਾ ਹੋਰ ਵੀ ਬਹੁਤ ਸਾਰਾ ਐਂਟਰਟੇਨਮੈਂਟ ਕਰਨ ਦੀ। ਸੋ ਆਪਣਾ ਧਿਆਨ ਰੱਖੋ, ਖਿਆਲ ਰੱਖੋ, ਕਿਸਾਨ ਭਰਾਵਾਂ ਦੇ ਨਾਲ ਅਸੀਂ ਹਮੇਸ਼ਾ ਹੈਗੇ ਹਾਂ, ਅੱਜ ਥੋੜ੍ਹੀਆਂ ਗੱਲਾਂ ਉਹਨਾਂ ਬਾਰੇ ਨਹੀਂ ਹੋ ਸਕੀਆਂ ਸਾਡੇ ਭਰਾਵਾਂ ਵਾਸਤੇ, ਉਹਨਾਂ ਵਾਸਤੇ ਮਾਫੀ ਮੰਗਦੇ ਹਾਂ, ਅਤੇ ਅੱਜ ਦੇ ਲਈ ਇੰਨਾ ਹੀ ਕਾਫੀ ਹੈ, ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ।